ਮਿੱਤਰਾਂ ਪਿਆਰਿਆਂ ਨੂੰ ਚੰਦ ਤੇ ਸਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਆਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਜਿੰਨੇ ਵੀ ਜਸ ਪੰਜਾਬੀ ਨੂੰ ਪਿਆਰ ਕਰਦੇ ਹੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਸਭ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਅਗਰ ਅਸੀਂ ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ ਤੇ ਅਸੀਂ ਜ਼ਰੂਰ ਗੀਤ ਸੰਗੀਤ ਵਾਲੇ ਪਾਸੇ ਹੀ ਜਾਵਾਂਗੇ ਕਿਉਂਕਿ ਮਨੋਰੰਜਨ ਜਿਹੜਾ ਹੈ ਗੀਤ ਸੰਗੀਤ ਹੈ ਉਹ ਸਾਡੇ ਰੂਹ ਦੀ ਖੁਰਾਕ ਹੈ ਸੰਗੀਤ ਦੀ ਗੱਲ ਕਰ ਲਈਏ ਖਾਸ ਤੌਰ ਤੇ ਪੰਜਾਬੀ ਸੰਗੀਤ ਦੀ ਗੱਲ ਕਰ ਲਈਏ ਤਾਂ ਪੰਜਾਬੀ ਸੰਗੀਤ ਅੱਜ ਦੇ ਸਮੇਂ ਚ ਪੂਰੀ ਦੁਨੀਆ ਦੇ ਵਿੱਚ ਆਪਣੇ ਪੈਰ ਪਸਾਰ ਚੁੱਕਾ ਹੈ ਔਰ ਬਹੁਤ ਸਾਰੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖਦੇ ਆ ਪੱਬਾਂ ਕਲੱਬਾਂ ਦੇ ਵਿੱਚ ਵੀ ਈਵਨ ਹੁਣ ਪੰਜਾਬੀ ਗਾਣੇ ਕਾਫੀ ਚੱਲਦੇ ਮਿਲਦੇ ਨੇ ਦੇਖਣ ਨੂੰ ਸੁਣਨ ਨੂੰ ਮਿਲਦੇ ਨੇ ਤੇ ਪੰਜਾਬੀ ਜਿਹੜੇ ਬੀਟ ਵਾਲੇ Song ਨੇ ਜ਼ਿਆਦਾਤਰ ਉਹ ਅਸੀਂ ਦੇਖਦੇ ਸੁਣਦੇ ਹੈਗੇ ਹਾਂ ਊਂ ਗੱਲ ਕਰੀਏ ਤਾਂ ਸੰਗੀਤ ਦੀ ਕੋਈ ਇਹ ਜ਼ੁਬਾਨ ਨਹੀਂ ਹੈ ਉਹਦੀ ਆਪਣੀ ਜ਼ੁਬਾਨ ਹੈ ਸੰਗੀਤ ਦੀ ਕੋਈ ਹੱਦਾ ਬੰਨੇ ਨਹੀਂ ਹੈਗੇ ਸੰਗੀਤ ਪੂਰੀ ਦੁਨੀਆ ਵਿੱਚ ਸੰਗੀਤ ਇੱਕੋ ਹੀ ਹੈ ਲੇਕਿਨ ਸੰਗੀਤ ਦੇ ਵਿੱਚ ਜਿਹੜੇ ਬੋਲ ਹੁੰਦੇ ਨੇ ਉਹਦੀ ਭਾਸ਼ਾ ਅਲੱਗ-ਅਲੱਗ ਹੋ ਸਕਦੀ ਹੈ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਆਏ ਨੇ ਸਾਡੇ ਪੁਰਾਣੇ ਮਿੱਤਰ ਹੈ ਜਦੋਂ ਵੀ ਅਸੀਂ ਇਹਨਾਂ ਨੂੰ ਬੇਨਤੀ ਕਰੀਏ ਕਿਸੇ ਵੀ ਕੰਮ ਲਈ ਚਾਹੇ ਅਸੀਂ ਪਰਸਨਲ ਕੰਮ ਹੋਵੇ ਚਾਹੇ ਕੋਈ ਕੰਪਨੀ ਦਾ ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਵੇ ਲੰਬੇ ਸਮੇਂ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਵਧੀਆ ਪਿਆਰ ਮੁਹੱਬਤ ਹੈ ਔਰ ਫਿਰ ਜੀ ਸੰਗੀਤ ਦੀ ਗੱਲ ਆਉਂਦੀ ਹੈ ਤੇ ਖਾਸ ਤੌਰ ਤੇ ਬੀਟ ਵਾਲੇ ਗੀਤੇ ਜਿਆਦਾ ਗਾਉਂਦੇ ਨੇ ਤੇ ਇਹਨਾਂ ਨੂੰ ਇਸੇ ਕਰਕੇ ਅਸੀਂ ਅੱਜ ਸਟੂਡੀਓ ਦੇ ਵਿੱਚ ਬੁਲਾਇਆ ਐ ਸਤੀ ਸਤਵਿੰਦਰ ਸਾਹਿਬ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਹੈਗੇ ਨੇ ਇਹਨਾਂ ਦਾ ਸਵਾਗਤ ਕਰਦੇ ਹਾਂ ਸਤੀ ਬਾਈ ਸਤਿ ਸ਼ਕਾਲ ਬਹੁ ਬਹੁ ਸਵਾਗਤ ਜੀ ਸਤਿ ਸ਼ਕਾਲ ਭਾਈ ਜੀ ਸਤਿ ਸ਼ਕਾਲ ਜਗਤਾਰ ਜੱਗੀ ਭਾਜੀ ਤੇ ਜਸ ਪੰਜਾਬੀ ਦੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿਗਾ ਜੀ ਆਇਆਂ ਤੇ ਸਤਿ ਸ਼ਕਾਲ ਜੀ ਸਾਰਿਆਂ ਨੂੰ ਹੋਰ ਸਲੋ ਕੇ ਮਤਲਬ ਟਾਈਮ ਕੱਢ ਲਿਆ ਕਮਾਂਕਾਰਾਂ ਦੇ ਵਿੱਚੋਂ ਟਾਈਮ ਬਾਹਰਲੇ ਮੁਲਕਾਂ ਵਿੱਚ ਨਿਕਲਦਾ ਨਹੀਂ ਟਾਈਮ ਹੀ ਟਾਈਮ ਹੀ ਆ ਜੀ ਬਸ ਅਸੀਂ ਕਲਾਕਾਰ ਬੰਦੇ ਆ ਤੋ ਅਸੀਂ ਜਿਆਦਾ ਧਿਆਨ ਨਹੀਂ ਦੇਈਦਾ ਦੂਸਰੇ ਪਾਸੇ ਨੂੰ ਟਾਈਮ ਰੱਖੀ ਦਿੰਦੇ ਕੰਮਾਂ ਵਾਲੇ ਪਾਸੇ ਜੀ 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 ਤੇ ਆਪਾਂ ਗੱਲ ਅਗਰ ਸ਼ੁਰੂ ਕਰੀਏ ਤੇ ਦੋ ਚੀਜ਼ਾਂ ਤੋਂ ਗੱਲ ਸ਼ੁਰੂ ਕਰਨੀ ਬਣਦੀ ਆ ਜਿੱਦੀ ਗੀਤ ਸੰਗੀਤ ਵੱਲ ਜਾਣ ਤੋਂ ਪਹਿਲਾਂ ਇੱਕ ਤਾਂ ਜੀ ਕੱਕਾ ਕਰੋਨਾ ਦੇ ਕੱਕਾ ਕਿਸਾਨ ਜੀ ਜੀ ਸੋ ਇਹ ਕਰੋਨਾ ਦੇ ਵਿੱਚ ਕਾਫੀ ਹੱਦ ਤੱਕ ਸਫਲਤਾ ਅਮਰੀਕਾ ਨੂੰ ਮਿਲ ਗਈ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਜੀ ਬਈ ਪੂਰੀ ਸਫਲਤਾ ਮਿਲ ਜਾਊਗੀ ਤੇ ਕਰੋਨਾ ਤੋਂ ਗੱਲ ਸ਼ੁਰੂ ਕਰਦੇ ਆਂ ਤੇ ਇੱਕਵੇਂ ਰਿਹਾ ਇਹ ਸਮਾਂ ਜਿਹੜਾ ਪਿਛਲਾ ਔਖਾ ਸਮਾਂ ਸੀ ਆਮ ਤੌਰ ਤੇ ਅਸੀਂ ਗੱਲ ਕਰਦੇ ਹਾਂ ਕਮਾਕਰਨ ਪਾਸੇ ਛੱਡ ਕੇ ਪਹਿਲਾਂ ਪਹਿਲਾਂ ਗੱਲ ਕਰਦੇ ਅਸੀਂ ਸੰਗੀਤ ਦੀ ਪ੍ਰੋਗਰਾਮਾਂ ਦੀ ਜੀ ਹਾਂਜੀ ਕਰੋਨਾ ਦੇਖੋ ਹਰ ਚੀਜ਼ ਨੂੰ ਮੈਂ ਲਾਈਫ ਦੇ ਵਿੱਚ ਪੋਜ਼ਿਟਿਵ ਲੈ ਕੇ ਚੱਲਦਾ ਹੁੰਨਾ ਜੀ ਜੀ ਤੇ ਉਹਦੇ ਵਿੱਚ ਜਿੱਦਾਂ ਜਦੋਂ ਅਸੀਂ ਕਰੋਨਾ ਸ਼ੁਰੂ ਹੋਇਆ ਪਹਿਲੇ 15 ਦਿਨ ਤਾਂ ਜੀ ਮਤਲਬ ਪ੍ਰੋਪਰ ਆਪਾਂ ਨੇ ਪ੍ਰੀਕਾਸ਼ਨ ਲਏ ਨੇ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਆਵਾਜਾਈ ਘਟ ਗਈ ਸੀ ਬਹੁਤ ਜ਼ਿਆਦਾ ਤੇ ਮੈਂ ਕੀ ਕੀਤਾ ਇਹ ਟਾਈਮ ਨੂੰ ਰਿਆਜ਼ ਕੀਤਾ ਜੀ ਸੋ ਜ਼ਿੰਦਗੀ ਚ ਬਹੁਤ ਵਧੀਆ ਇਹ ਮੈਨੂੰ ਲੱਗਿਆ ਇਸ ਟਾਈਮ ਨੂੰ ਮੈਂ ਕਿਹਾ ਵੀ ਚਲੋ ਹੁਣ ਕਰੇ ਬੈਠੇ ਹੈਗੇ ਆ ਸੋ ਦੱਬ ਕੇ ਰਿਆਜ਼ ਕੀਤਾ ਜੀ ਵਾਹ ਜੀ ਵਾਹ ਜੀ ਤੇ ਪ੍ਰੋਗਰਾਮਾਂ ਦੀ ਗੱਲ ਕਰੀਏ ਤੇ ਪ੍ਰੋਗਰਾਮਾਂ ਦਾ ਮਾਹੌਲ ਕੀ ਰਿਹਾ ਪਿਛਲੇ ਦਿਨਾਂ ਦੇ ਵਿੱਚ ਜਾਂ ਹੁਣ ਕਿੰਨੀ ਕੁ ਦੇਰ ਹੋ ਗਈ ਹੈ ਪ੍ਰੋਗਰਾਮ ਵਗੈਰਾ ਦੁਆਰਾ ਸ਼ੁਰੂ ਹੋ ਰਿਹਾ ਕਿਉਂਕਿ ਮੈਂ ਤੁਹਾਡੇ ਦੇਖਦੇ ਰਹਿੰਦਾ ਫੇਸਬੁੱਕ ਵਗੈਰਾ ਤੇ ਜੀ ਪਾਏ ਹੁੰਦਾ ਕਿਤੇ ਨਾ ਕਿਤੇ ਦੇ ਪ੍ਰੋਗਰਾਮ ਦਾ ਕੋਈ ਨਾ ਕੋਈ ਛੋਟਾ ਮੋਟਾ ਤੇ ਹੁਣ ਜਿਹੜੇ ਪਿਛਲੇ ਦਿਨਾਂ ਤੁਸੀਂ ਪ੍ਰੋਗਰਾਮ ਕੀਤੇ ਉਹਨਾਂ ਦਾ ਤਜਰਬਾ ਸਾਡੇ ਦਰ ਕੀ ਉੱਥੇ ਮਾਹੌਲ ਹੁੰਦਾ ਸੀ ਕੋਈ ਕਰੋਨਾ ਦਾ ਡਰ ਡੱਕਰ ਹੁੰਦਾ ਸੀ ਜਾਂ ਫਿਰ ਦੋ ਪਿਗ ਲਾਉਣ ਤੋਂ ਬਾਅਦ ਕਰੋਨਾ ਭੱਜ ਜਾਂਦਾ ਸੀ ਜੀ ਸਹੀ ਕਹਿ ਰਹੇ ਹੋ ਤੁਸੀਂ ਬਿਲਕੁਲ ਭਾਈ ਜੀ ਤੁਹਾਡੀ ਗੱਲਾਂ ਬਹੁਤ ਵਧੀਆ ਹੁੰਦੀਆਂ ਗੱਲਾਂ ਦੇ ਵਿੱਚ ਐ ਮਤਲਬ ਭਾਈ ਜੀ ਛੋਟੀ ਜੀ ਗੱਲ ਕਰ ਦਿੰਦੇ ਤੇ ਹਾਸਾ ਆ ਜਾਂਦਾ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਿ ਪ੍ਰੋਗਰਾਮ ਬਾਬੇ ਦੀ ਕਿਰਪਾ ਨਾਲ ਖੈਰ ਕਿਉਂਕਿ ਨਾ ਮੇਰੇ ਜਿਆਦਾ ਪ੍ਰੋਗਰਾਮ ਪਹਿਲਾਂ ਵੀ ਨਹੀਂ ਲੱਗਦੇ ਦੋ ਤਿੰਨ ਹੀ ਲੱਗਦੇ ਆ ਉਹ ਹੁਣ ਵੀ ਲੱਗਦੇ ਰਹੇ ਆ ਸੋ ਇਸ ਕਰਕੇ ਇਹੋ ਜੇ ਕਲਾਕਾਰਾਂ ਨੂੰ ਜਿਹੜੇ ਮੇਰੇ ਵਰਗੇ ਸੀ ਉਹਨਾਂ ਨੂੰ ਫਾਇਦਾ ਹੋਇਆ ਕਰੋਨਾ ਦਾ ਕਿਉਂਕਿ ਸਾਡੇ ਪਹਿਲਾਂ ਵੀ 2-3 ਪ੍ਰੋਗਰਾਮ ਲੱਗਦੇ ਸੀ ਇਹਨਾਂ 'ਚ ਵੀ 2-3 ਲੱਗੇ ਆ ਪਰ ਫਰਕ ਕੀ ਸੀ ਮਤਲਬ ਇਹ ਕਹਿਣ ਦਾ ਮੌਕਾ ਨਹੀਂ ਮਿਲਿਆ ਜੀ ਕਰੋਨਾ ਨੇ ਬੁਰਾ ਹਾਲ ਕਰਤਾ ਕੰਮਕਾਰ ਬੰਦ ਕਰ ਦਿੱਤੇ ਨਹੀਂ ਜੀ ਨਹੀਂ ਕਿਉਂਕਿ ਉਹੀ ਆ ਨਾ ਵੀ ਸਾਡੀ ਢੀਡ ਕਦੇ ਵੀ ਨਹੀਂ ਹੋਈ ਆ ਨਹੀਂ ਹੋਇਆ ਵੀ 12 ਪ੍ਰੋਗਰਾਮ 15 ਪ੍ਰੋਗਰਾਮ ਲੱਗ ਰਿਹਾ ਆਪਣੇ 2-3 ਹੁੰਦੇ ਆ ਉਹਨੇ ਲੱਗਦੇ ਰਹੇ ਆ ਜੀ ਪਰ ਜਿਹੜੇ ਪ੍ਰੋਗਰਾਮ ਹੁਣ ਸੀਗੇ ਮੈਸਟ ਕੋਸਟ ਗਿਆ ਸੀਗਾ ਜਦੋਂ ਮੈਂ ਪ੍ਰੋਗਰਾਮ ਤੇ ਜਾਂਦਾ ਸੀ ਕਰੋਨਾ ਦਾ ਸ਼ੁਰੂਆਤ 'ਚ ਮੇਰੇ ਇੱਕ ਡਾਕਟਰ ਦੇ ਘਰੇ ਪ੍ਰੋਗਰਾਮ ਸੀਗਾ ਵਿਆਹ ਦਾ ਪ੍ਰੋਗਰਾਮ ਸੀ ਜੀ ਤੇ ਜਦੋਂ ਮੈਂ ਗਿਆ ਮੈਂ ਜਾ ਕੇ ਦੇਖਿਆ ਜੀ ਬੜਾ ਉਦੋਂ ਕਾਫੀ ਕਰੋਨਾ ਦਾ ਟਾਈਮ ਸੀਗਾ ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਮੈਂ ਡਾਕਟਰ ਸਾਹਿਬ ਵੀ ਜਿਸ ਸਾਹਿਬ ਨਾਲ ਸਾਰੇ ਗੈਸਟ ਆ ਰਹੇ ਨੇ ਮਾਸਕ ਪਾ ਕੇ ਵੀ ਮੇਰੇ ਵਾਲਾ ਕੰਮ ਕਰਾਉਣਾ ਕਿ ਆ ਮੈਂ ਪੇਮੈਂਟ ਲੈ ਕੇ ਮੁੜ ਜਾ ਜਦੋਂ ਮੈਂ ਮਾਸਕ ਲੈ ਕੇ ਮੈਂ ਖੜਾ ਜਾ ਸਟੇਜ ਤੇ ਅੱਛਾ ਉਹ ਡਾਕਟਰ ਸਾਹਿਬ ਵੀ ਦੇਸੀ ਸੀਗੇ ਆਪਣੇ ਬਾਟਸਾਹ ਸੀ ਮੈਨੂੰ ਕਹਿੰਦੇ ਵੀ ਸਤੀ ਬਾਈ ਤੂੰ ਚਿੰਤਾ ਨਾ ਕਰ ਕਹਿੰਦਾ ਵੀ ਬਸ ਦੋ ਪੈਗਾਂ ਦੀ ਵੇਟ ਕਰ ਉਸ ਤੋਂ ਬਾਅਦ ਕਹਿੰਦਾ ਫਿਰ ਮਾਸਕ ਤੇ ਸੋਹੀ ਚੀਜ਼ ਹੁੰਦੀ ਹੈਗੀ ਸ਼ੁਰੂ ਚ ਹੁੰਦਾ ਹੈਗਾ ਜੀ ਪ੍ਰਕਾਸ਼ਨ ਬਾਅਦ ਚ ਫਿਰ ਕੁਝ ਨਹੀਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਆਪਣੇ ਪੰਜਾਬੀ ਕਰੋਨਾ ਨੂੰ ਦੱਬ ਲੈਂਦੇ ਨੇ ਬਿਲਕੁਲ ਅੱਛਾ ਅਸੀਂ ਹੁਣ ਗੱਲ ਕਰੀਏ ਜਦੋਂ ਹੁਣ ਅੱਜ ਦੀ ਗੱਲ ਕਰੀਏ ਜਾਂ ਆਉਣ ਵਾਲੇ ਮਹੀਨਾ ਖੰਡ ਦੀ ਗੱਲ ਕਰੀਏ ਤਾਂ ਕੀ ਆਇਆ ਜਾਂਦਾ ਵੀ ਅਮਰੀਕਾ ਦੇ ਵਿੱਚ ਜੀ ਫੁੱਲ ਵੈਕਸੀਨ ਹੋ ਜਾਊਗੀ ਜੀ ਬਾਈਡਨ ਸਾਹਿਬ ਦਾ ਇੱਕ ਕਹਿਣਾ ਕਿ ਜੂਨ ਐਂਡ ਤੱਕ ਫੁੱਲ ਅਮਰੀਕਾ ਜਿਹੜਾ ਅਸੀਂ ਕੋਰੋਨਾ ਫਰੀ ਕਰਦਾਂਗੇ ਸਭ ਦੇ ਵੈਕਸੀਨ ਲੱਗ ਜਾਏਗੀ ਲੱਗ ਜਾਈ ਗਏ ਮੰਨ ਲઈએ ਅਸੀਂ ਲੱਗੀ ਵੈਕਸੀਨ ਤੇ ਜੁਲਾਈ ਤੋਂ ਜਿਵੇਂ ਕਿ ਇਹ ਵੀ ਮੈਂ ਸੁਣਨ ਦੇ ਵਿੱਚ ਆਇਆ ਸੀ ਗੱਲ ਸੱਚੀ ਆ ਕਿ ਝੂਠੀ ਖਬਰ ਮੈਨੂੰ ਇਹ ਨਹੀਂ ਪਤਾ ਵੀ ਇਹ ਕਹ ਰਹੇ ਵੀ ਸਰਕਾਰ ਇਹ ਚਾਹੁੰਦੀ ਅਮਰੀਕਾ ਦੀ ਕਿ 4th ਜੁਲਾਈ ਜਿਹੜੀ ਆ ਅਸੀਂ ਪਹਿਲਾਂ ਵਾਂਗੂ ਮਨਾਈਏ ਪਹਿਲਾਂ ਸਮਿਆਂ ਵਾਂਗੂ ਠੀਕ ਹੈ ਜੀ ਅਸੀਂ ਇਹ ਮੰਨ ਲੈਂਦੇ ਆ ਵੀ ਸਾਰਾ ਕੁਝ ਸਹੀ ਆ ਔਰ 4th ਜੁਲਾਈ ਪਹਿਲਾਂ ਵਾਂਗੂ ਮਨਾਉਣੇ ਕਹਿਣ ਤੋਂ ਬਾਅਦ ਕਿ ਡਿਸਟੈਂਸ ਜਿਹੜੀ ਖਤਮ ਹੋ ਗਿਆ ਸੋਸ਼ਲ ਡਿਸਟੈਂਸਿੰਗ ਜੀ ਤੇ ਤੁਹਾਨੂੰ ਫਿਰ ਇਹ ਦੇ ਬਾਰੇ ਕੀ ਲੱਗਦਾ ਜਿਹੜੇ ਸਭਿਆਚਾਰਕ ਮੇਲਿਆਂ ਦੀ ਗੱਲ ਕਰੀ ਦੀ ਜਾਂ ਤੇ ਜਾਂ ਜਿਹੜੇ ਸ਼ੋਅ ਹੁੰਦੇ ਸੀ ਬਹੁਤ ਜ਼ਿਆਦਾ ਉਹ ਪਹਿਲਾਂ ਵਾਂਗੂ ਹੋਣਗੇ ਜਾਂ ਉਹਨਾਂ ਦਾ ਕੋਈ ਰੰਗ ਰੂਪ ਚੇਂਜ ਹੋਊਗਾ ਦੇਖੋ ਫਰਕ ਤਾਂ ਬਹੁਤ ਪੈ ਗਿਆ ਹੁਣ ਕਿਉਂਕਿ ਇਹ ਹੈਗਾ ਜੀ ਕਰਨਾ ਵੀ ਚਾਹੀ ਯਾ ਏਜਡ ਦੇ ਲੋਕ ਯਾ ਜਿਨ੍ਹਾਂ ਨੂੰ ਕੋਈ ਬਿਮਾਰੀ ਹੈ ਹੈਨਾ ਜੀ ਉਹ ਬੰਦੇ ਟਰੈਵਲ ਘੱਟ ਕਰ ਰਹੇ ਨੇ ਪ੍ਰੋਗਰਾਮਾਂ ਦੇ ਘੱਟ ਆ ਰਹੇ ਨੇ ਉਹਦਾ ਫਰਕ ਜ਼ਰੂਰ ਪਊਗਾ ਪਰ ਜਦੋਂ ਹੁਣ ਜੋਂ-ਜੋਂ ਖੋਲ ਰਿਹਾ ਮੈਂ ਹੁਣੇ ਹੀ ਲੇਟਲੀ ਇੱਕ ਇੰਡੀਆ ਪ੍ਰੋਗਰਾਮ ਲਗਾ ਕੇ ਆਇਆ ਤੇ ਉੱਥੇ ਫਿਰ ਮੈਨੂੰ ਤਿੰਨ ਚਾਰ ਵਿਆਹਾਂ ਤੇ ਵੈਸੇ ਵੀ ਜਾਣਾ ਪਿਆ ਕੋਈ ਫਰਕ ਨਹੀਂ ਆ ਉੱਥੇ ਮਤਲਬ ਉਸੇ ਤਰੀਕੇ ਨਾਲ ਹੀ ਚੱਲ ਰਿਹਾਗਾ ਕੰਮ ਹੁਣੇ ਮੈਂ ਲਾਸਟ ਸੰਡੇ ਨੂੰ ਹੀ ਆਇਆ ਜੀ ਤੇ ਪ੍ਰੋਗਰਾਮ ਸੀਗਾ ਤੇ ਵੈਸੇ ਲੱਗਦਾ ਏਹੋ ਹੈ ਕਿ ਜਿਵੇਂ ਕਿ ਸਾਡੇ ਦਰਸ਼ਕ ਵੀ ਸਾਡੇ ਅਸੀਂ ਕੋਈ ਗੱਲਬਾਤ ਕਰਦੇ ਜਿੱਦੋਂ ਪਤਾ ਲੱਗਦਾ ਜੀ ਵੀ ਉਸ ਹਰ ਕੰਮ ਦੀ ਲਾਈਨ ਲੱਗੇਗੀ ਜਾਂ ਹੋੜ ਇੱਕ ਵਾਰੀ ਲੱਗੇਗੀ ਬਿਲਕੁਲ ਸਹੀ ਕਹਿ ਰਹੇ ਹੋ ਚਾਹੇ ਅਸੀਂ ਗੁਰੂ ਘਰ ਬੰਦ ਪਏ ਨੇ ਗੁਰੂ ਘਰਾਂ ਦੀ ਗੱਲ ਕਰ ਲਈ ਤਾਂ ਉੱਥੇ ਵੀ ਜ਼ਰੂਰ ਆਉਣ ਵਾਲੇ ਸਮੇਂ 'ਚ ਫਿਰ ਲਗਾਤਾਰ ਪ੍ਰੋਗਰਾਮ ਸਮਾਗਮ ਵਗੈਰਾ ਨਗਰ ਕੀਰਤਨ ਵਗੈਰਾ ਦਾ ਇੱਕ ਉਰੀਆਨ ਹੋਏਗਾ ਖੇਡਾਂ ਦਾ ਵੀ ਹੋਏਗਾ ਮੇਲਿਆਂ ਦਾ ਵੀ ਇਸ ਤਰ੍ਹਾਂ ਹੋਏਗਾ ਜੀ ਜੀ ਜਿਵੇਂ ਹੁਣ ਰੈਸਟੋਰੈਂਟ ਦੀ ਗੱਲ ਕਰੀਏ ਉਹ ਜਿਹੜੀ ਕਾਉਂਟਰੀ ਦੇ ਵਿੱਚ ਖੁੱਲ੍ਹਿਆ ਡਾਇਨਿੰਗ ਅੰਦਰ ਖਾਵੇ ਢੱਕ ਕੇ ਖਾਣ ਦਾ ਉੱਥੇ ਹੁਣ ਲਾਈਨਾਂ ਲੱਗਦੀਆਂ ਨਹੀਂ ਲਾਈਨਾਂ ਲੱਗਦੀਆਂ ਬਿਲਕੁਲ ਬਿਲਕੁਲ ਉਦਰੀ ਕੋਸਟ 'ਚ ਮੈਂ ਜਦੋਂ ਗਿਆ ਉਥੇ ਆਈ ਸੀਗਾ ਵੀ ਇੰਡੋਰ ਬਹਿਣ ਦਾ ਸੀਗਾ ਆਈ ਫਿਰ ਲਾਈਨਾਂ ਲੱਗਦੀਆਂ ਸੀਗਾ ਹਰ ਇੱਕ ਬੰਦਾ ਜਾਣਾ ਮੰਗਦਾ ਸੀ ਜੀ ਸੋ ਇਹ ਆ ਵੀ ਆਉਣ ਵਾਲੇ ਦਿਨਾਂ ਚ ਉਮੀਦ ਕਰਦੇ ਆਂ ਔਰ ਅਰਦਾਸ ਕਰਦੇ ਪਰਮਾਤਮਾ ਕੇ ਸੱਚੇ ਪਾਤਸ਼ਾਹ ਤੋਂ ਆਪਾਂ ਨੂੰ ਸਾਰਿਆਂ ਨੂੰ ਸਾਥ ਮਿਲੇ ਤੇ ਵਧੀਆ ਆਪਾਂ ਫਿਰ ਆਈ ਇਸ ਕਰੋਨਾ ਦੇ ਵਿੱਚ ਵੇ ਸਟੇਜ ਤੇ ਗਾਣੇ ਉਹ ਹੀ ਪੁਰਾਣੇ ਗਾਉਂਦੇ ਨੇ ਜਾਂ ਕਰੋਨਾ ਦਾ ਕੋਈ ਨਵਾਂ ਗਾਣਾ ਵੀ ਤਿਆਰ ਕੀਤਾ ਜੀ ਯਾ ਕਰੋਨਾ ਯਾ ਗੋ ਕਰੋਨਾ ਗੋ ਕਰੋਨਾ ਹਾਂ ਜੀ ਹਾਂ ਜੀ ਕਿਸੇ ਕਾ ਵੀ ਇਦਾਂ ਦਾ ਕੋਈ ਰੱਖਿਆ ਸ਼ੁਕਰ ਮੈਂ ਬੋਲੀ ਬਣਾਈ ਸੀ ਕਿ ਇੱਕ ਉਹ ਪਾਦੀ ਸੀ ਬੜੇ ਲੋਕੀ ਖੁਸ਼ ਹੁੰਦੇ ਸੀਗੇ ਕਹਿੰਦੇ ਜੇ ਮੁੰਡੇ ਆ ਮੈਨੂੰ ਨੱਚਦੀ ਵੇਖਦਾ ਕਿ ਮਾਸਕ ਬਣਾ ਦੇਵੇ ਹੈਨਾ ਮੇਰੀ ਸੂਟ ਨਾਲ ਦਾ ਮਾਸਕ ਸਵਾਦ ਤੇ ਮੇਰੇ ਮੈਚ ਦੀ ਟੋਰ ਵੇਖ ਲੈ ਇਸ ਤਰ੍ਹਾਂ ਦੀ ਟੋਰ ਵੇਖ ਲੈ ਜਾਂ ਵੀ ਸੂਟ ਨਾਲ ਦਾ ਮਾਸਕ ਬਣਵਾ ਦੇ ਤੇ ਮੇਰੀ ਲਾਈਵ ਵੀਡੀਓ ਫੇਸਬੁੱਕ ਤੇ ਪਾ ਦੇ ਵਾ ਦੇ ਜਿਹੇ ਤਰੀਕੇ ਦੇ ਮਤਲਬ ਬੂਡੀਆਂ ਜੜੀਆਂ ਸੀਗੀਆਂ ਉਹ ਫਿਰ ਸਟੇਜ ਤੇ ਪਾ ਦੇ ਪਰ ਇਹ ਸਮਾਂ ਦੇਖੋ ਜੀ ਹਰ ਤਰ੍ਹਾਂ ਦਾ ਸਮਾਂ ਹੁੰਦਾ ਜੀ ਪੰਜਾਬ ਦੀ ਅਸੀਂ ਸੰਗੀਤ ਦੀ ਉਹ ਗੱਲ ਕਰ ਲਈਏ ਸੰਗੀਤ ਦੇ ਵਿੱਚ ਸਮਾਂ ਕਿੰਨਾ ਬਦਲਿਆ ਅਕਰ ਅਸੀਂ ਜਿੰਨੀ ਕ ਆਪਣੀ ਸੁਰਤ ਤੋਂ ਗੱਲ ਕਰ ਲਈਏ ਬਿਲਕੁਲ ਕੁਲਦੀਪ ਮਾਨਖੀ ਸਾਹਿਬ ਹੁਣਾਂ ਤੋਂ ਜਾਂ ਅਸੀਂ ਉਹਦੀ ਗੱਲ ਕਰ ਲਈਏ ਸੁਰਿੰਦਰ ਸ਼ਿੰਦਾ ਹੁਣਾਂ ਤੋਂ ਜਾਂ ਉਸ ਤੋਂ ਥੋੜਾ ਪਹਿਲਾਂ ਜੀ 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 ਦیدار ਸੰਧੂ ਉਹਨਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਕਿਵੇਂ-ਕਿਵੇਂ ਸਮਾਂ ਬਦਲਿਆ ਤੇ ਫਿਰ ਵਿੱਚ ਇੱਕ ਦੁਕਾਨਿਆਂ ਦਾ ਦੌਰ ਆਇਆ ਪੂਰਾ ਪੂਰਾ ਬਿਲਕੁਲ ਉਹ ਯੁੱਗ ਜਿਹੜਾ ਨਵੇਂ ਕਲਾਕਾਰਾਂ ਦਾ ਜੀ 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 ਇਹ ਦੁਕਾਨੇ ਤੁਹਾਡਾ ਤੁਹਾਡਾ ਦੁਕਾਨੇ ਫਿਰ ਬੜੀ ਮੁਸ਼ਕਲ ਨਾਲ ਮੋੜਾ ਪਿਆ ਸੋਲੋ ਕੀਤਾ ਤੇ ਤੁਸੀਂ ਦੁਕਾਨਿਆਂ ਦੇ ਦੌਰ ਦੇ ਵਿੱਚੋਂ ਹੀ ਸ਼ੁਰੂਆਤ ਕਰ ਲਿਆ ਸੀ ਜਾਂ ਉਦੋਂ ਪਹਿਲਾਂ ਦਾ ਸ਼ੁਰੂਆਤ ਕੀਤੀ ਕਿੰਨੀ ਕਿਦਰੀ ਹੋ ਗਈ ਸ਼ੁਰੂਆਤ ਕੀਤੀ ਮਤਲਬ ਮੈਂ 2010 ਹੀ ਅਸਲੀ ਆਪਣੀ ਵਧੀਆ ਤਰੀਕੇ ਨਾਲ ਸ਼ੁਰੂਆਤ ਹੋਈ ਸੀ ਉਦੋਂ ਪੂਰਾ ਦੁਕਾਨਿਆਂ ਦਾ ਜੋਰ ਸੀ ਮਿਸ ਪੂਜਾ ਦਾ ਬਹੁਤ ਟਾਈਮ ਚੱਲਦਾ ਸੀਗਾ ਇਨਫੈਕਟ ਜਦੋਂ ਮੇਰੀ ਐਲਬਮ ਰਿਕਾਰਡ ਹੋਈ ਜੀ ਤੇ ਮੈਨੂੰ ਗੋਇਲ 뮤ਜ਼ਿਕ ਤੋਂ ਆਪਣਾ ਬਹੁਤ ਪਿਆਰ ਹੈ ਉਹਨਾਂ ਨਾਲ ਤੇ ਬਾਈ ਮੈਨੂੰ ਕਹਿੰਦੇ ਕਹਿੰਦੇ ਜੀ ਵੀ ਤੁਸੀਂ ਨਾ ਇੱਕ ਗਾਣਾ ਦੁਗਾਣਾ ਕਰੋ ਮਿਸ ਪੂਜਾ ਦੇ ਮਿਸ ਪੂਜਾ ਨਾ ਕਰੋ ਇਹ ਮਤਲਬ ਹੁੰਦਾ ਸੀ ਔਰ ਕਮਾਲ ਦੀ ਗੱਲ ਇਹ ਹੈ ਕਿ ਗਾਣੇ ਤਕਰੀਬਨ ਤਕਰੀਬਨ ਜਿਹੜੇ ਐਮ ਐਸ ਪੂਜਾ ਨੇ ਉਹਦੇ ਕੀਤੇ ਆ ਜੀ ਉਹ ਪਰਵਾਨ ਚੜੇ ਪਰਵਾਨ ਚੜਦੇ ਸੀਗੇ ਜਿੱਦਾਂ ਅੱਜਕੱਲ ਗੁਰਲੇਜ ਦਾ ਬਹੁਤ ਨਾ ਹੈਗਾ ਉਸ ਟਾਈਮ ਮਿਸ ਪੂਜਾ ਦਾ ਹੁੰਦਾ ਸੀ ਤੇ ਮੈਨੂੰ ਕਹਿੰਦੇ ਮੈਂ ਫਿਰ ਉਹੀ ਮੇਰੇ ਨੋ ਗੀਤ ਬੜੀਆ ਅਸੀਂ ਤਿਆਰੀ ਕੀਤੀ ਸੀ ਤੁਸੀਂ ਤੁਹਾਡੇ ਨਾਲ ਹੀ ਉਹ ਸਾਰੇ ਗੀਤ ਆਪਣੇ ਕੀਤੇ ਸੀ ਤੁਸੀਂ ਸਟੂਡੀਓਸ ਦੇਖਿਆ ਸੀ ਸੋ ਮੈਨੂੰ ਵਿਸ਼ਵਾਸ ਸੀ ਫਿਰ ਮੇਰੇ ਉਸ ਤੋਂ ਪਹਿਲਾਂ ਪ੍ਰੋਗਰਾਮ ਲੱਗਦੇ ਸੀ ਭਾਜੀ ਸੋ ਮੈਨੂੰ ਇਹ ਸੀਗਾ ਵੀ ਜੇ ਮੈਂ ਦੁਗਾਣਾ ਗਾਤਾ ਤੇ ਮੇਰਾ ਦੁਗਾਣਾ ਹਿੱਟ ਹੋ ਗਿਆ ਹੂੰ ਦੇ ਮੈਨੂੰ ਫੇਰ ਕਹਿਣਾ ਕੁੜੀ ਕਿੱਥੇ ਆ ਫੀਮੇਲ ਕਲਾਕਾਰ ਲੈ ਕੇ ਜਾਣੀ ਦੋਨੋਂ ਵਜਾ ਆਪਾਂ ਕੱਢ ਨਹੀਂ ਸਕਦੇ ਐਗਜ਼ੈਕਟਲੀ ਸੋ ਇਸ ਕਰਕੇ ਮੈਂ ਉਦੋਂ ਫਿਰ ਇਹੀ ਕੀਤਾ ਮੈਂ ਕਿਹਾ ਜੀ ਨਹੀਂ ਆਪਣਾ ਇਦਾਂ ਹੀ ਚੱਲਣ ਦਿਓ ਤੁਸੀਂ ਦੇਖੀ ਜਾਊਗਾ ਚੱਲੂਗਾ ਤਾਂ ਵੀ ਠੀਕ ਆ ਪਰ ਸਾਰੇ ਸਰੋਤਿਆਂ ਦਾ ਸ਼ੁਕਰ ਹੈ ਇਹਨਾਂ ਨੇ ਬਹੁਤ ਮਾਰ ਦਿੱਤਾ ਜੀ ਇਹ ਚੀਜ਼ ਦੇਖਣ ਦੇ ਵਿੱਚ ਆਈ ਹੈ ਵੀ ਆਪਾਂ ਜਿੰਨੇ ਵੀ ਕਲਾਕਾਰ ਦੁਕਾਨੇ ਵਾਲੇ ਸੀਗੇ ਜੀ ਉਹ ਮਿਸਪੂਜਨ ਨਹੀਂ ਆਣ ਸਕਦੇ ਸੀ ਤੇ ਉਹਨਾਂ ਨੂੰ ਪ੍ਰੋਗਰਾਮ ਨਹੀਂ ਵਾਲੇ ਪਏ ਨੁਕਸਾਨ ਬਹੁਤ ਹੋਇਆ ਨੁਕਸਾਨ ਹੋਇਆ ਪ੍ਰੋਗਰਾਮ ਨਹੀਂ ਵਾਲੇ ਪਏ ਤੇ ਇਹ ਵਧੀਆ ਗੱਲ ਹੈ ਵੀ ਤੁਸੀਂ ਆਪਣਾ ਜਿਹੜਾ ਅਲੱਗ ਸਟੈਂਡਰਡ ਬਣਾਇਆ ਔਰ ਉਹਨੂੰ ਕਾਇਮ ਰੱਖਿਆ ਜੀ ਤੇ ਸ਼ੁਰੂਆਤੀ ਦੌਰ ਦੇ ਵਿੱਚ ਫਿਰ ਤੁਸੀਂ ਆਪਾਂ ਕਿਹੜੇ ਸਿੰਗਰ ਦੇ ਗਾਣੇ ਜ਼ਿਆਦਾ ਗਾਉਂਦੇ ਸੀ ਮੈਂ ਜ਼ਿਆਦਾਤਰ ਜੀ ਮਾਨਕ ਸਾਹਿਬ ਸ਼ਿੰਦਾ ਜੀ ਤੇ ਸਰਦੂਲ ਭਾਈ ਨੂੰ ਬਹੁਤ ਗਾਇਆ ਜੀ ਮੈਂ ਇਹਨਾਂ ਨੂੰ ਅੱਛਾ ਤਕਰੀਬਨ ਇਹਨਾਂ ਨੂੰ ਗਾਇਦਾ ਸੀ ਹਾਂਜੀ ਹਾਂਜੀ ਜੀ ਦੇਖੋ ਸਰਦੂਲ ਜੀ ਵੀ ਹੁਣ ਪਿਛਲੇ ਦਿਨਾਂ ਦੇ ਵਿੱਚ ਬੜਾ ਵੱਡਾ ਘਾਟਾ ਪਿਆ ਸਾਡੀ ਸੰਗੀਤ ਜਗਤ ਨੂੰ ਔਰ ਕਮਾਲ ਦੀ ਗੱਲ ਇਹ ਸੀ ਉਹਨਾਂ ਦੇ ਉੱਥੇ ਇਕੱਠ ਜਿਹੜਾ ਹੋਇਆ ਉਹਨਾਂ ਦੇ ਅੰਤਮ ਅਰਦਾਸ ਵੇਲੇ ਔਰ ਹਰ ਧਰਮ ਦੇ ਉਥੇ ਰਸਮ ਰਿਵਾਜ ਹੋਏ ਨੇ ਬੜਾ ਵਧੀਆ ਲੱਗਿਆ ਮੈਂ ਅੱਜ ਤੱਕ ਜੀ ਇੰਨੇ ਬੰਦੇ ਰੋਂਦੇ ਨਹੀਂ ਦੇਖੇ ਕਿਤੇ ਕਿਸੇ ਵੀ ਜ਼ਨਾਜੇ ਤੇ ਜਾਂ ਕਿਸੇ ਵੀ ਮੌਤ ਤੇ ਮੈਂ ਇੰਨੇ ਬਾਰੋਂ ਬੰਦੇ ਰੋਂਦੇ ਨਹੀਂ ਦੇ ਕੇ ਦਿਨੇ ਸਰਦੂਲ ਭਾਈ ਦੇ ਉੱਤੇ ਬਿਲਕੁਲ ਜੀ ਸੋ ਸੰਗੀਤ ਨੂੰ ਪਿਆਰ ਸੀ ਸਰਦੂਲ ਭਾਈ ਨੂੰ ਤੇ ਬਾਹਰ ਲੋਕ ਹੋ ਮਿਲੇ ਵੀ ਨਹੀਂ ਹੋਣੇ ਇੰਨੀ ਉਹਨਾਂ ਦੀ ਆਵਾਜ਼ ਨੂੰ ਪਿਆਰ ਕਰਦੇ ਸੰਗੀਤ ਨੂੰ ਪਿਆਰ ਕਰਦੇ ਬਿਲਕੁਲ ਬਿਲਕੁਲ ਜੀ ਤੁਸੀਂ ਫਿਰ ਸਰਦੂਲ ਭਾਈ ਦੀ ਅਸੀਂ ਗੱਲ ਕਰਦੇ ਨਾਲੇ ਤੇ ਚਲੋ ਬਾਨਸਰ ਉਹਨਾਂ ਨੂੰ ਅਸੀਂ ਯਾਦ ਕਰ ਲਾਂਗੇ ਜੀ ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਉਹਨਾਂ ਦੇ ਕਿਸੇ ਗੀਤ ਦੀਆਂ ਦੋ ਲਾਈਨਾਂ ਮੈਂ ਚਾਹਾਂਗਾ ਫਿਰ ਤੁਹਾਡੇ ਵਾਲੇ ਗਾਣੇ ਵਾਲਾ ਆਪਾਂ ਦੂਰ ਟਾਈਮ ਹੈਗਾ ਜਰੂਰ ਜਰੂਰ ਭਾਈ ਮੈਂ ਉਹਨਾਂ ਦਾ ਇੱਕ ਗੀਤ ਬੜਾ ਪ੍ਰਵਾਨ ਹੋਇਆ ਸਾਰੇ ਲੋਕਾਂ ਨੇ ਬਹੁਤ ਉਹਨੂੰ ਮਾਣ ਬਖਸ਼ਿਆ ਤੇ ਉਦੋਂ ਮੈਂ ਸ਼ੁਰੂ-ਸ਼ੁਰੂ 'ਚ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਕਦੇ-ਕਦੇ ਮੈਂ ਆਰਕੈਸਟਰਾ 'ਚ ਗਾਹ ਚਲਾ ਜਾਂਦਾ ਸੀ। ਸੋ ਆ ਗੀਤ ਮੈਂ ਉੱਥੇ ਗਾਉਂਦਾ ਹੁੰਦਾ ਸੀਗਾ ਜੀ ਕਿ ਸਾਡਿਆਂ ਪਰਾਂ ਤੂੰ ਸਿੱਖੀ ਉੱਡਣਾ ਨਹੀਂ ਬੈਗੀ ਦੂਰੀ ਕਿਤੇ ਆਲਣਾ ਬਣਾ ਕੇ ਸਾਡਿਆਂ ਪਰਾਂ ਤੂੰ ਸਿੱਖੀ ਉੱਡਣਾ ਨਹੀਂ ਬੈਗੀ ਦੂਰੀ ਕਿਤੇ ਆਲਣਾ ਬਣਾ ਕੇ ਵੱਡੇ ਆ ਸ਼ਿਕਾਰੀਆਂ ਨੇ ਮੋਲਿਆ ਵੱਡੇ ਆ ਸ਼ਿਕਾਰੀਆਂ ਨੇ ਮੋਲਿਆ ਵੱਡੇ ਆ ਸ਼ਿਕਾਰੀਆਂ ਨੇ ਮੋਲਿਆ ਨਹੀਂ ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ ਸਾਡਿਆਂ ਪਰਾਂ ਤੂੰ ਸਿੱਖੀ ਉੱਡਣਾ ਬੈਗੀ ਦੂਰ ਕੀ ਤੇ ਆਲਣਾ ਬਣਾ ਕੇ ਉਹਨਾਂ ਵਰਗਾ ਤਾਂ ਨਹੀਂ ਜਿਗਾਇਆ ਜਾ ਸਕਦਾ ਬੋਲੇ ਗੋਸ਼ ਚਲੋ ਫਿਰ ਵੀ ਉਹਨਾਂ ਨੂੰ ਤੁਸੀਂ ਫੋਲੋ ਕਰਦੇ ਸੀ ਹਾਂ ਤੇ ਤੁਹਾਡੀ ਆਵਾਜ਼ ਦੀ ਟੋਨ ਵੱਖਰੀ ਹੈ ਤੁਸੀਂ ਥੋੜਾ ਜਿਆਦਾ ਖੁੱਲਾ ਗਾਉਣੀ ਹੋ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ ਆਪਾਂ ਹਜੇ ਟਾਈਮ ਵਾਵਾ ਤੇ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ ਸਾਡੇ ਦਰਸ਼ਕ ਵੀ ਜਿਹੜੇ ਨੇ ਜੁੜੇ ਰਹੋ ਜੀ ਅੱਜ ਦਾ ਮਨੋਰੰਜਨ ਤੁਹਾਡਾ ਸਤੀ ਸਤਵਿੰਦਰ ਸਾਹਿਬ ਕਰਨਗੇ ਨਾਲ-ਨਾਲ ਗੱਲਾਂ ਕਰਾਂਗੇ ਨਾਲ-ਨਾਲ ਗੀਤ ਸੰਗੀਤ ਵੀ ਹੋਏਗਾ ਫਿਲਹਾਲ ਬ੍ਰੇਕ ਦੇਖਦੇ ਰਹੋ ਚਸ ਪੰਜਾਬ ਬ੍ਰਿਕ ਤੁਹਾਡਾ ਇੱਕ ਵਾਰ ਫਿਰ ਹਾਜ਼ਰ ਹੈ ਜੀ ਮੈਂ ਜਗਤਾਰ ਸਿੰਘ ਜੱਗੀ ਪ੍ਰੋਗਰਾਮ ਅੱਜ ਦਾ ਰਿਕਾਰਡਡ ਤੁਹਾਡੇ ਰੂਬਰੂ ਕਰ ਰਹੇ ਹਾਂ ਔਰ ਮਨੋਰੰਜਨ ਦੀ ਗੱਲ ਨਾਲ ਨੜ ਕਰਨੇ ਆ ਅਸੀਂ ਤੇ ਸਾਡੇ ਸਟੂਡੀਓ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਸਤੀ ਸਤਵਿੰਦਰ ਸਾਹਿਬ ਉਹ ਆਏ ਹੋਏ ਨੇ ਉਹਨਾਂ ਨਾਲ ਗੱਲਾਂ ਚੱਲਦੀਆਂ ਨੇ ਗੀਤ ਸੰਗੀਤ ਵੀ ਹੋਏਗਾ ਨਾਲ-ਨਾਲ ਤੇ ਨਾਲ-ਨਾਲ ਗੱਲਾਂ ਦਾ ਸਿਲਸਿਲਾ ਵੀ ਅੱਗੇ ਤੋਰਦੇ ਆਂ ਜੀ ਸਤਿ ਸ੍ਰੀ ਅਕਾਲ ਫਿਰ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੱਗੀ ਭਾਈ ਜੀ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਰੋਨਾ ਦੀ ਹੈ ਲਗਭਗ ਵੀ ਕਰੋਨਾ ਤੇ ਹੁਣ ਅਸੀਂ ਗੱਲ ਕਰੀਏ ਕਿਸਾਨਾਂ ਦੀ ਕਿਸਾਨਾਂ ਦੀ ਬਿਲਕੁਲ ਭਾਈ ਔਰ ਜਿੱਥੇ ਅਸੀਂ ਇਹ ਪ੍ਰੋਗਰਾਮ ਇਹ ਸਮਝਦੇ ਕਿ ਕਰੋਨਾ ਨੂੰ ਵਿਦਾਈ ਅਸੀਂ ਬਾਏ ਬਾਏ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉੱਥੇ ਹੀ ਇਹ ਸਮਝ ਸਕਦੇ ਹਾਂ ਵੀ ਅਸੀਂ ਕਿਸਾਨਾਂ ਦੀ ਗੱਲ ਕਰੀਏ ਤੇ ਮੋਦੀ ਸਾਹਿਬ ਨੂੰ ਸ਼ਾਇਦ ਬਹੁਤ ਜਲਦੀ ਬਾਏ ਬਾਏ ਹੋ ਜਾਏਗੀ ਤੇ ਕੋਈ ਨਾ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਹੋਵੇ ਬਿਲਕੁਲ ਮੈਨੂੰ ਪੂਰਾ ਲੱਗ ਰਿਹਾ ਕਿ ਇਹ ਜਿਹੜਾ ਹੈਗਾ ਨਾ ਇੱਕ ਰੈਵਿਊਸ਼ਨ ਹੈ ਜੀ ਸੋ ਇਹ ਇਕੱਲੇ ਉਹ ਤਿੰਨ ਕਾਨੂੰਨਾਂ ਨੂੰ ਨਹੀਂ ਉੱਥੋਂ ਭੇਜੂਗਾ ਇਹ ਲੱਗਦਾ ਸਰਕਾਰ ਨੂੰ ਵੀ ਭੇਜੂਗਾ ਸਰਕਾਰ ਨੂੰ ਵੀ ਕੁਝ ਵਧੀਆ ਹੋਊਗਾ ਜੀ ਇੰਡੀਆ ਹਾਂਜੀ ਆਹਾ ਹੋ ਜਾਣਾ ਜਲਦੀ ਰਿਜ਼ਲਟ ਪਾ ਜਾਣੇ ਬਾਕੀ ਜਿਹੜੀ ਪੰਜ ਸਟੇਟਾਂ ਦੇ ਵਿੱਚ ਬਸ 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 ਹੋ ਰਿਹਾ ਉੱਥੋਂ ਕਾਫੀ ਚੀਜ਼ ਕਲੀਅਰ ਹੋ ਜਾਏਗੀ ਬਿਲਕੁਲ 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 ਅੱਛਾ ਕਿਸਾਨਾਂ ਦੀ ਅਗਰ ਗੱਲ ਕਰੀਏ ਤੇ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਜਿੱਥੇ ਸਾਨੂੰ ਇਸ ਅੰਦੋਲਨ ਨੇ ਬੜਾ ਕੁਝ ਦਿੱਤਾ ਜੀ ਠੀਕ ਆ ਬਹੁਤ ਤੰਗੀਆਂ ਤਰਟੀਆਂ ਵੀ ਆਈਆਂ ਬਹੁਤ ਸਰਕਾਰਾਂ ਜਾਂਾਂ ਵੀ ਗਈਆਂ ਜੀ ਪਰ ਉੱਥੇ ਦਿੱਤਾ ਬੜਾ ਕੁਝ ਹੈ ਇੱਕ ਤਾਂ ਖਾਸ ਤੌਰ ਤੇ ਗੱਲ ਕਰੀਏ ਪੰਜਾਬ ਤੇ ਹ ਜੀ ਆਪਸ ਦੇ ਵਿੱਚ ਪਿਆਰ ਜਿਹੜਾ ਮੇਲ ਹੋ ਗਿਆ ਜੀ ਹਾਂ ਤੇ ਉਹ ਬਹੁਤ ਵੱਡੀ ਗੱਲ ਹੋ ਗਈ ਲੋਕਾਂ ਦਾ ਆਪਸ ਦੇ ਵਿੱਚ ਪਿਆਰ ਬਹੁਤ ਜ਼ਿਆਦਾ ਤੇ ਉੱਥੇ ਜਿਹੜੇ ਕਹਿੰਦੇ ਵੀ ਇੱਕ ਪਿੰਡ ਦੇ ਦੋ ਕਿਸਾਨ ਕੋਈ ਗਏ ਸੀਗੇ ਜੀ ਤੇ ਉਹਨਾਂ ਦਾ ਕੇਸ ਚੱਲਦਾ ਸੀ ਕੋਰਟ ਦੇ ਵਿੱਚ ਅੱਛਾ ਜੀ ਤੇ ਉੱਥੇ ਉਹਨੇ ਕਿਹਾ ਵੀ ਆ ਜਾ ਵੀ ਫਰਾਨਾ ਨਾਲ ਚਾਹ ਪੀਲਾ ਉਹ ਜਿੰਨਾ ਕਹਿਣ ਦੀ ਤੇ ਬੁਲਾਉਣ ਦੀ ਦੇਰ ਸੀ ਉਸ ਤੋਂ ਬਾਅਦ ਉਹਨਾਂ ਦੇ ਜੱਫੀਆਂ ਪਈਆਂ ਉਹ ਆਜੂ ਉਹ ਕਹਿੰਦਾ ਨਹੀਂ ਯਾਰ ਤੂੰ ਕੇਸ ਜਿੱਤਿਆ ਮੈਂ ਸਰੈਂਡਰ ਕਰਦਾ ਉਹ ਕਹਿੰਦਾ ਤੂੰ ਕੇਸ ਜਿੱਤਿਆ ਮੈਂ ਸਰੈਂਡਰ ਕਰਦਾ ਕਿਆ ਬਾਤ ਇੱਥੇ ਜਿੰਦਾ ਬਹੁਤ ਕੁਝ ਸਾਨੂੰ ਮਿਲਿਆ ਨਹੀਂ ਨਹੀਂ ਇਹੋ ਜਿਹਾ ਤਾਂ ਨਾਲੇ ਇਹਦੇ ਨਾਲ ਭਾਜੀ ਇੱਕ ਚੀਜ਼ ਹੋਰ ਵੀ ਕਲਾਕਾਰਾਂ ਦਾ ਬਹੁਤ ਵਧੀਆ ਕਹਿਣਾ ਵੀ ਮੋੜ ਪਿਆ ਮੈਂ ਇਹੀ ਇਹ ਵੀ ਗੱਲ ਕਰਦਾ ਵੀ ਇੱਥੇ ਇੱਕ ਬਹੁਤ ਵੱਡੀ ਦੇਣ ਜਿਹੜੀ ਹੈਗੀ ਆ ਸੰਗੀਤ ਨੂੰ ਵੀ ਮਿਲੀ ਆ ਜੀ ਜੀ ਬਿਲਕੁਲ ਬਿਲਕੁਲ ਜਿੱਥੇ ਕਿਸਾਨਾਂ ਨੇ ਪੂਰੀਆਂ ਢੇਰੀਆਂ ਲਿਆਂਦੀਆਂ ਸਰਕਾਰਾਂ ਦੀਆਂ ਅੰਦੋਲਨ ਦੇ ਵਿੱਚ ਤੇ ਉੱਥੇ ਇੱਕ ਸੰਗੀਤ ਦੀ ਢੇਰੀ ਵੱਖਰੀ ਚੱਲੀ ਆ ਜੀ ਬਿਲਕੁਲ ਜਿਨੇ ਆਪਣੇ ਤੌਰ ਤੇ ਆਪਣਾ ਇੱਕ ਲੈਵਲ ਦਾ ਕੰਮ ਕੀਤਾ ਇਸ ਕੋਈ ਸ਼ੱਕ ਨਹੀਂ ਇਸ ਕੋਈ ਸ਼ੱਕ ਨਹੀਂ ਤੇ ਨਾਲੇ ਭਾਜੀ ਜਿੱਦਾਂ ਆਪਾਂ ਅਕਸਰ ਗੱਲ ਕਰਦੇ ਆ ਇੱਕ ਮੈਸੇਜ ਦੀ ਤੇ ਮੈਂ ਸਾਰੇ ਸਰੋਤਿਆਂ ਨੂੰ ਵੀ ਇਹ ਰਿਕੁਐਸਟ ਕਰੂੰਗਾ ਕਿ ਦੇਖੋ ਹੁਣ ਤੁਸੀਂ ਸਾਰੇ ਇੱਕ ਪਾਸੇ ਨੂੰ ਹੋਏ ਤੇ ਕਲਾਕਾਰਾਂ ਦੀ ਵੀ ਇਹ ਮਜਬੂਰੀ ਬਣੀ ਉਹਨਾਂ ਨੇ ਸਾਰੇ ਹੀ ਗੀਤ ਸੱਭਿਆਚਾਰਕ ਗਾਏ ਜੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ ਜੇ ਤੁਸੀਂ ਅੱਗੇ ਤੋਂ ਵੀ ਵਧੀਆ ਸੁੰਣਾ ਸ਼ੁਰੂ ਕਰੋਗੇ ਤਾਂ ਇਹ ਕਲਾਕਾਰਾਂ ਦੀ ਕੋਈ ਹਿੰਮਤ ਨਹੀਂ ਹੈ ਕਿ ਵੀ ਉਹ ਕਿਸੇ ਹੋਰ ਤਰੀਕੇ ਦੇ ਗੀਤ ਤੁਹਾਨੂੰ ਪਰੋਸ ਕੇ ਦੇਣ ਲੱਗੇ ਉਹ ਵਧੀਆ ਗੀਤ ਹੀ ਉਹਨਾਂ ਨੂੰ ਗਾਉਣੇ ਪੈਣੇ ਆ ਸੋ ਅੱਗੇ ਤੋਂ ਆਪਣੀ ਸੋਚ ਵੀ ਇਹੀ ਬਣਾ ਲਓ ਤਾਂ ਕਿ ਸਾਡਾ ਸੱਭਿਆਚਾਰ ਵੀ ਉੱਚਾ ਰਹੇ ਵਧੀਆ ਰਹੇ ਤੇ ਵਧੀਆ ਗੀਤ ਸੁਣੋ ਤੁਸੀਂ ਬਿਲਕੁਲ ਜੀ ਬਿਲਕੁਲ ਗੀਤ ਜਿਹੜੇ ਬੜੇ ਵਧੀਆ ਆਉਣੇ ਸ਼ੁਰੂ ਹੋਏ ਆ ਸੰਗੀਤ ਬੜਾ ਵਧੀਆ ਆਉਣਾ ਸ਼ੁਰੂ ਹੋਇਆ ਆ ਤੇ ਲੋਕੀ ਬਾਕੀ ਹਰ ਕਲਾਕਾਰ ਨੇ ਤਕਰੀਬਨ ਆਪਣੇ ਆਪਣੇ ਤੌਰ ਤੇ ਗਾਣੇ ਗਾਏ ਆ ਹਾਲਕਿ ਕਮਰਸ਼ਲ ਨਹੀਂ ਹੈ ਜੀ ਤੇ ਤੁਸੀਂ ਵੀ ਕਾਫੀ ਗਾਣੇ ਕੱਢੇ ਪੰਜਾਬੀ ਵੀ ਹਰਿਆਣਵੀ ਵੀ ਹਾਂਜੀ 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 ਤੇ ਤੁਹਾਡੇ ਕਦੋਂ ਕੋ ਦਿਮਾਗ ਚ ਆਇਆ ਵੀ ਭਾਈ ਨਹੀਂ ਮੈਂ ਵੀ ਆਪਣਾ ਬਣਦਾ ਯੋਗਦਾਨ ਪਾਵਾਂ ਕਿ ਪਹਿਲਾਂ ਸ਼ੁਰੂ ਦੇ ਵਿੱਚ ਹੀ ਤੁਹਾਡੇ ਮਾਈਂਡ ਦੇ ਵਿੱਚ ਨਹੀਂ ਮੇਰਾ ਸਭ ਤੋਂ ਪਹਿਲਾ ਹਰਿਆਣਵੀ ਗੀਤ ਮੈਂ ਹੀ ਕੀਤਾ ਸੀ ਜੀ ਕਿਉਂਕਿ ਪੰਜਾਬੀ ਤਾਂ ਬਹੁਤ ਆਗੇ ਸੀ ਇਹ ਗੀਤ ਤੇ ਉਸ ਦੇ ਵਿੱਚ ਇਹੀ ਚੀਜ਼ ਹੁੰਦਾ ਕਿਉਂਕਿ ਹਰਿਆਣੇ ਵਾਲੇ ਵੀ ਫਿਰ ਨਾਲ ਲੱਗੇ ਹੋ ਸੀ ਪੂਰੇ ਸੋ ਪਹਿਲਾ ਹਰਿਆਣਵੀ ਗੀਤ ਮੈਂ ਹੀ ਕੀਤਾ ਸੀ ਉਹਦੇ ਚ ਇਨਫੈਕਟ ਮੇਰੀ ਜਿਹੜੇ ਹੈਗੇ ਆ ਸਰਕਾਰ ਦੇ ਵਿੱਚ ਮੇਰੇ ਉੱਤੇ ਸਰਕਾਰੀ ਪ੍ਰੋਗਰਾਮ ਵੀ ਲੱਗਦੇ ਆ ਸੋ ਮੇਰੇ ਲਈ ਇੱਕ ਚੈਲੰਜ ਵੀ ਸੀ ਕਿਉਂਕਿ ਮੈਂ ਕਈ ਵਾਰੀ ਦੇਖਦਾ ਹੁੰਨਾ ਕਿ ਜਿਹੜੇ ਵਿਚਾਰੇ ਸੈਲੀਬ੍ਰਿਟੀ ਨੇ ਉਹ ਸਰਕਾਰ ਦੇ ਪ੍ਰੋਗਰਾਮ ਕਰਦੇ ਨੇ ਉਹਨਾਂ ਦੀ ਮਜਬੂਰੀ ਵੀ ਹੁੰਦੀ ਆ ਸੋ ਮੇਰੇ ਲਈ ਬਹੁਤ ਮਜਬੂਰੀ ਸੀਗੀ ਹੁਣ ਵੀ ਮੈਂ ਸਰਕਾਰੀ ਪ੍ਰੋਗਰਾਮ ਲਗਾ ਕੇ ਆਇਆ ਵੀ ਮੈਂ ਕੀ ਉਹਨਾਂ ਨੇ ਫਿਰ ਨਹੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਕਿਉਂਕਿ ਮੈਨੂੰ ਜਿਹੜਾ ਬੰਦਾ ਪੁੱਛਦਾ ਮੈਂ ਕਹਿੰਦਾ ਵੀ ਮੈਂ ਤਾਂ ਦੇਖੋ ਸੱਚ ਦੀ ਗੱਲ ਕਰ ਰਿਹਾ ਹਾਂ ਤੁਸੀਂ ਦੱਸੋ ਵੀ ਇਹ ਸੱਚ ਹੈ ਕਿ ਨਹੀਂ ਹੈ ਉਹ ਕਹਿੰਦਾ ਵੀ ਠੀਕ ਹੈ ਗੱਲ ਪਰ ਇਹਦੇ ਵਿੱਚ ਬਾਲੀਵੁੱਡ ਵਾਲਿਆਂ ਦੀ ਕਹਿੰਦੇ ਮਜਬੂਰੀ ਰਹੀ ਹੈ ਕੁਝ ਥੋੜੀ ਜੀ ਦੇਖੋ ਮੈਂ ਉਹਨਾਂ ਦੇ ਕਿੰਤੂ ਨਹੀਂ ਕਰਦਾ ਪਰ ਐ ਹੈਗਾ ਵੀ ਜੇ ਸਟੈਂਡ ਤੁਹਾਡਾ ਆਪਣਾ ਹੈਗਾ ਤੁਹਾਨੂੰ ਜਦੋਂ ਲੈਣਾ ਚਾਹੀਦਾ ਸੋ ਮੈਂ ਤਾਂ ਲਿਆ ਜੀ ਸਟੈਂਡ ਤੋਂ ਮੈਂ ਇਹ ਨਹੀਂ ਸੋਚਿਆ ਕਿ ਵੀ ਮੇਰੇ ਪ੍ਰੋਗਰਾਮ ਜਾਂਦੇ ਲੱਗਣਗੇ ਉਹ ਦੇਖੀ ਜਾਊਗੀ ਜੀ ਉਹ ਬਾਅਦ ਦੀ ਗੱਲ ਹੈ ਪਹਿਲਾਂ ਤਾਂ ਮੈਂ ਕਿਸਾਨ ਦਾ ਬੱਚਾ ਹੈਗਾ ਬਿਲਕੁਲ ਤੇ ਕਿਸਾਨ ਦਾ ਭਰਾ ਹੈਗਾ ਮੇਰੇ ਦੋਸਤ ਨੇ ਮਿੱਤਰ ਨੇ ਭਰਾ ਨੇ ਸਾਰੇ ਉੱਥੇ ਜੂਝ ਰਹੇ ਨੇ ਤੇ ਫਿਰ ਜੇ ਅਸੀਂ ਸੋਚ ਕੇ ਦੇਖੇ ਕਿ ਯਾਰ ਮੈਂ ਮੇਰੇ ਪ੍ਰੋਗਰਾਮ ਮਰ ਜਾਣਗੇ ਤਾਂ ਫਿਰ ਤਾਂ ਮਾੜੀ ਗੱਲ ਹੈ ਫਿਰ ਮਾੜੀ ਗੱਲ ਹੈ ਜੀ ਬਿਲਕੁਲ ਮਾੜੀ ਗੱਲ ਅੱਛਾ ਗੀਤਾਂ ਦੀ ਗੱਲ ਕਰੀਏ ਤਾਂ ਤੁਹਾਡੇ ਬੜੇ ਵਧੀਆ ਗੀਤ ਪਹਿਲਾਂ ਹਰਿਆਣਵੀ ਗੀਤ ਤੁਸੀਂ ਦੱਸਿਆ ਜੀ ਤੇ ਹਰਿਆਣਾ ਨੇ ਵੀ ਬਹੁਤ ਹਿੰਮਤ ਮਾਰੀ ਪੰਜਾਬ ਸ਼ੁਰੂ ਹੋਇਆ ਤਾਂ ਹਰਿਆਣਾ ਨੇ ਇੱਕਦਮ ਨਾਲ ਜੀ ਸਾਥ ਦਿੱਤਾ ਬਿਲਕੁਲ ਠੀਕ ਹੈ ਜੀ ਸਰਕਾਰਾਂ ਦੇ ਵਿਰੋਧ ਹੋ ਕੇ ਪੂਰਾ ਸਾਥ ਦਿੱਤਾ ਕੋਈ ਸ਼ੱਕ ਨਹੀਂ ਦੇਖੋ ਉਹੀ ਚੀਜ਼ ਹੈਗਾ ਵੀ ਦੋਹੇ ਹਰਿਆਣਾ ਣ ਪੰਜਾਬ ਦੋਵੇਂ ਭਰਾ ਨੇ ਸੋ ਉਹਨਾਂ ਦੀ ਹੀ ਮੈਂ ਗੱਲ ਆਪਣੇ ਗੀਤ 'ਚ ਕੀਤੀ ਸੀਗੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਤੰਨੇ ਮੇਰਾ ਇਤਿਹਾਸ ਉਹ ਸਾਰਾ ਰੈ ਉਹ ਖੂਨ ਕਦੇ ਜੰਗ ਮੈਂ ਨਾ ਹਾਰਿਆ ਰੈ ਜਿੱਤ ਆਣ ਕੈ ਨਾ ਲਠ ਮਾਰਾ ਗੱਡ ਗਿਆ ਉਹ ਸਿਸਟਮ ਪਾੜ ਕੇ ਮਾਰਿਆ ਰੈ ਕਦੇ ਵਾਰਾਂ ਤੇ ਨਾ ਡਰੇ ਤਲਵਾਰਾਂ ਤੇ ਨਾ ਡਰੇ ਹੱਸ ਕੇ ਨਾ ਦੇਸ ਪਾਇਆ ਸਦਾ ਵਾਰਾਂ ਜਾਣ ਰੈ ਹੋਗੇ ਜੱਟ ਜਾਟ ਇਕੱਠੇ ਥਾਰੇ ਚੱਕ ਦਿਆਂਗੇ ਫੱਟੇ ਇਕੱਠੇ ਆਣ ਕਹਿਣਾ ਡੱਟੇ ਛੋੜ ਸਾਰੇ ਕਾਮ ਰਹਿ ਦਿੱਲੀ ਬਚ ਕੇ ਨਾ ਥੋੜਾ ਤੇਰੀ ਆਕੜੀਆਂ ਤੋੜਾ ਰੋਲਾ ਹੱਕ ਕਾ ਹੋਇਓ ਹੋਰਾ ਉਠਿਆਏ ਗਾਮ ਰਹਿ ਹੋਗੇ ਜੱਟ ਜਾਟ ਇਕੱਠੇ ਥਾਰੇ ਚੱਕ ਦਿਆਂਗੇ ਫੱਟੇ ਆ ਸੀਗਾ ਜੀ ਵਾਹ ਜੀ ਵਾਹ ਜੀ ਬੜਾ ਪੂਰਾ ਜੋਸ਼ ਵਾਲਾ ਗਾਣਾ ਪੂਰਾ ਹਾਂਜੀ ਹਾਂਜੀ ਪੇ ਹਰਿਆਣੇ ਦੀਆਂ ਟਰੈਕਟਰ ਟਰਾਲੀਆਂ ਤੇ ਮੇਰੇ ਖਿਆਲ ਇਹ ਹੀ ਜ਼ਿਆਦਾ ਵਜਿਆ ਹੁਣ ਹਾਂਜੀ ਹਾਂਜੀ ਬਹੁਤ ਪਿਆਰ ਮਿਲਿਆ ਜੀ ਇਸ ਗੀਤ ਨੂੰ ਉਹਨਾਂ ਨੇ ਕਾਫੀ ਮਤਲਬ ਮੈਨੂੰ ਭੇਜਦੇ ਰਹੇ ਜੀ ਉਤੋਂ ਜੱਟ ਤੇ ਜਾੜ ਦਾ ਪਿਆਰ ਜਿਹੜਾ ਦਰਸਾਇਆ ਜੀ 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 ਤੇ ਫਿਰ ਪੰਜਾਬੀ ਗਾਣੇ ਜਿਹੜੇ ਉਹ ਫਿਰ ਬਾਅਦ ਦੇ ਵਿੱਚ ਕੀਤੇ ਦੋ ਪੰਜਾਬੀ ਜਿਹੜੇ ਤੁਸੀਂ ਜੀ ਹਾਂਜੀ ਉਸ ਤੋਂ ਬਾਅਦ ਫਿਰ ਨਾਲ ਦੇ ਨਾਲ ਅਸੀਂ ਰਿਕਾਰਡ ਕਰਤੇ ਸੀਗੇ ਫਿਰ ਮਤਲਬ ਵੀ ਪੰਜਾਬੀ ਕਿਉਂਕਿ ਮੈਂ ਬੀਇੰਗ ਪੰਜਾਬੀ ਸਿੰਗਰ ਐਸਟੈਬਲਿਸ਼ ਹਾਂ ਤਾਂ ਫਿਰ ਮੈਂ ਇੱਕ ਪੰਜਾਬੀ ਕੀਤਾ ਸੀਗਾ ਉਹ ਬਲਕਿ ਇਧਰੋਂ ਹੀ ਸੀਗਾ ਕਿ ਜਿਹੜੇ ਆਪਣੇ ਲੋਕਾਂ ਨੂੰ ਇੱਕ ਉਹਤ ਵੀ ਇੱਕ ਸਨੇਹਾ ਸੀਗਾ ਕਿ ਹੋ ਚੱਲ ਮਿੱਤਰਾ ਹੁਣ ਦਿੱਲੀ ਚਲੀਏ ਬਹਿ ਕੇ ਨਹੀਂ guzara ਤੁੱਤਾਂ ਵਾਲਾ ਖੁਖੁਸ ਚੱਲਿਆ ਜਾਨੋ ਵੱਧ ਪਿਆਰਾ ਖੁਸ ਦੇ ਦਿੱਦੇ ਵੱਟਾ ਬੰਨੇ ਤੋਬਾ ਫਿਰਨੀ ਵਾਲਾ ਹੋ ਚੱਲ ਨਤਰਾ ਹੁਣ ਦਿੱਲੀ ਚੱਲੀਏ ਬਹਿ ਕੇ ਨਹੀਂ guzara ਸੁਣ ਲੈ ਬਹਿ ਕੇ ਨਹੀਂ guzara ਓਏ ਹੁਣ ਬਹਿ ਕੇ ਨਹੀਂ guzara ਇਹ ਸੀਗਾ ਜੀ ਹਾਂ ਨਹੀਂ ਬਹੁਤ ਵਧੀਆ ਗਾਣੇ ਸਾਡੇ ਤੁਹਾਡੇ ਸਾਰੇ ਹੀ ਬਹੁਤ ਵਧੀਆ ਸੀਗੇ ਅੱਛਾ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਦਿੱਲੀ ਵਾਰੇ ਗਾਣੇ ਵੀ ਇੰਨੇ ਆ ਗਏ ਪੂਰੇ ਲੱਖਾਂ ਕਿਸਾਨ ਉੱਥੇ ਕਰੋੜਾਂ ਦੇ ਹਿਸਾਬ ਨਾਲ ਜੀ ਤੇ ਉਥੇ ਸੀਗੇ ਬਾਰਡਰਾਂ ਤੇ ਤੇ ਕਰੋਨਾ ਹੀ ਦੇ ਹਿਸਾਬ ਨਾਲ ਮਤਲਬ ਕੋਈ ਕਰੋੜ ਜਿਹੜੇ ਬਾਹਰਲੇ ਮੁਲਕਾਂ ਤੋਂ ਸਾਰੀ ਦੁਨੀਆ ਨਾਲ ਜੁੜੀ ਸੀ ਜਿਨ੍ਹਾਂ ਨੂੰ ਪਤਾ ਵੀ ਨਹੀਂ ਉਹਨਾਂ ਨੇ ਵੀ ਟਵੀਟ ਕਰਕੇ ਕਿਹਾ ਬਾਹਰਲੇ ਵੱਡੇ ਵੱਡੇ ਸੈਲੀਬ੍ਰਿਟੀਜ਼ ਨੇ ਜੀ ਉਹਨੇ ਆ ਰਹਿਾਨਾ ਨੇ 100 ਕਰੋੜ ਦਾ ਬੰਗਲਾ ਖਰੀਦਿਆ ਹੁਣ 100 ਕਰੋੜ ਦਾ ਬਿਲਕੁਲ ਬਿਲਕੁਲ ਤੇ ਜਿਹਨੂੰ ਇਹ ਕਹਿੰਦੇ ਸੀ ਵੀ ਇਹਨੂੰ ਪੈਸੇ ਦੇ ਕੇ ਇਹਦੇ ਕੋਲ ਟਵੀਟ ਕਰਾਇਆ ਇਹ ਤਾਂ ਸਰਕਾਰ ਕਹਿੰਦੀ ਵੀ ਪੈਸੇ ਦੇ ਕੇ ਟਵੀਟ ਕਰਾਇਆ ਨਹੀਂ ਹੋ ਸਕਦਾ ਵੀ ਉਹੀ 100 ਕਰੋੜ ਹੋਵੇ ਜਿਹੜੇ ਦਿੱਤੇ ਹੋਣਗੇ ਵੀ ਆ ਬੋਲਦੇ ਵੀ ਟਵੀਟ ਦੇ ਨਹੀਂ ਨਹੀਂ ਸੋ ਇੰਨਾ ਕੁਝ ਹੋਣ ਦੇ ਬਾਵਜੂਦ ਸੋਚਣ ਵਾਲੀ ਗੱਲ ਇਹ ਹੈ ਵੀ ਕਿਉਂ ਲੱਗਦਾ ਇਹਨਾਂ ਨੂੰ ਸਰਕਾਰਾਂ ਨੂੰ ਵੀ ਅਸੀਂ ਜਿਹੜੇ 20 50 100 ਬੰਦਾ ਹੈਗੇ ਆਂ ਸਰਕਾਰ ਦੇ ਵੀ ਉਹ ਸਹੀ ਆ ਤੇ ਜਿਹੜੇ ਕਰੋੜਾਂ ਕਈ 100 ਕਰੋੜ ਬੰਦੇ ਜਿਹੜੇ ਹੈਗੇ ਨੇ ਲਗਭਗ ਮੇਰੇ ਹਿਸਾਬ ਦੇ ਨਾਲ ਤਾਂ ਪੂਰੀ ਦੁਨੀਆ ਦੇ ਵਿੱਚ ਸਾਰੇ ਹੀ ਹੈਗੇ ਬਿਲਕੁਲ ਕਰ ਰਹੇ ਸੀ ਵੀ ਉਹ ਗਲਤ ਨੇ ਅਸੀਂ ਸਹੀ ਆ ਕਿਉਂ ਲੱਗਦਾ ਹੋਵੇ ਇਹਨਾਂ ਨੂੰ ਇਹ ਦੇਖੋ ਉਹੀ ਚੀਜ਼ ਆ ਜਾਂਦੀ ਹੈ ਨਾ ਕਿ ਜਿਹੜੇ ਲੋਕ ਜ਼ਿਆਦਾਤਰ ਉੱਥੇ ਮੈਂ ਤਾਂ ਇਹ ਕਹਾਂਗਾ ਵੀ ਚਾਹੇ ਉਹ ਗਰੀਬ ਨੇ ਵਿਚਾਰੇ ਉਹਨਾਂ ਦੀ ਤਾਂ ਮਜਬੂਰੀ ਹੈ ਈਵਨ ਕੁਝ ਇੱਕ ਲੋਕ ਅਮੀਰ ਵੀ ਨੇ ਉਹਨਾਂ ਦੀ ਵੀ ਰਤਬੇ ਦੀ ਮਜਬੂਰੀ ਹੈ ਜੀ ਉਹ ਬਸ ਉਹਨਾਂ ਨੂੰ ਇਹ ਹੁੰਦਾ ਕਿ ਵੀ ਸਾਡਾ ਇਹ ਰਤਬਾ ਸਾਡਾ ਇਹ ਜਿਹੜਾ ਹੈਗਾ ਰੈਂਕ ਨਾ ਜਾਵੇ ਤੇ ਉਹ ਬਸ ਉਹਦੇ ਆੜ ਚ ਹੀ ਖੇ ਖਾਈ ਜਾਂਦੇ ਨੇ ਉਹ ਗਲਤ ਗੱਲ ਹੈ ਚੱਕਰ ਦੇ ਵਿੱਚ ਆ ਜਾਂਦਾ ਉਹਨੂੰ ਮਤਲਬ ਇਹ ਵੀ ਸਾਨੂੰ ਜਿਹੜਾ ਨੁਕਸਾਨ ਨਾ ਕਰਦੇ ਸਰਕਾਰ ਕੋਈ ਸਾਨੂੰ ਮਜਬੂਰੀ ਦੇ ਵਿੱਚ ਬਿਆਨ ਦੇਣੇ ਪੈਣੇ ਆ ਪਰ ਅੰਦਰੋਂ ਮੇਰੇ ਖਿਆਲ ਸਾਰੇ ਇਸ ਗੱਲੋਂ ਅੰਦਰੋਂ ਸਾਰੇ ਮੈਂ ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਮੇਰੇ ਹੁਣ ਸਰਕਾਰੀ ਪ੍ਰੋਗਰਾਮਾਂ 'ਚ ਜਾ ਕੇ ਆਇਆ ਉੱਥੇ ਮੈਂ ਇਵਨ ਕਈ ਮੰਤਰੀਆਂ ਨਾਲ ਵੀ ਮੇਰੀ ਦਿਲੋਂ ਸਾਰੇ ਹਰ ਇੱਕ ਬੰਦਾ ਇਹੀ ਕਹਿੰਦਾ ਕਿ ਵੀ ਇਹ ਚੀਜ਼ ਹੋਣੀ ਚਾਹੀਦੀ ਪਰ ਉਹ ਖੁੱਲ ਕੇ ਅੱਗੇ ਨਹੀਂ ਆਉ ਅੱਗੇ ਨਹੀਂ ਆ ਸਕਦਾ ਪੰਗਾ ਹੈ ਯਾਰ ਤੇ ਇਹ ਹੁਣ ਅਜੇ ਵੀ ਮੋਦੀ ਸਾਹਿਬ ਤੇ ਇਹੀ ਕਹਿ ਰਹੇ ਵੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਹਜੇ ਆਉਣ ਵਾਲਾ ਸਮਾਂ ਦੱਸੋ ਕਿ ਹੁਣ ਪਤਾ ਨਹੀਂ ਬਾਕੀ ਕੀ ਸਮਾਂ ਦੱਸਦਾ ਬਸ ਉਹੀ ਹੈ ਜੀ ਦੇਖੋ ਇਹ ਸਾਰਾ ਡਿਪੈਂਡ ਮੇਰੇ ਹਿਸਾਬ ਨਾਲ ਤਾਂ ਇਲੈਕਸ਼ਨ ਤੇ ਕਰਨਾ ਹੈ ਜੀ ਜੀ ਜਦੋਂ ਜੇ ਉੱਥੇ ਇਲੈਕਸ਼ਨ 'ਚ ਇਹ ਹਾਰ ਗਏ ਤਾਂ ਫਿਰ ਤਾਂ ਧੰਨ ਤਾਂ ਨਹੀਂ ਆ ਜੀ ਹਾਂ ਬਿਲਕੁਲ ਬਰ ਆਦਰ ਦੈਨ ਥੈਟ ਵੀ ਦੇਖੋ ਖਾਲਸੇ ਦੀ ਜਿੱਤ ਫੇਰ ਹੋਣੀ ਹੈ ਹੂੰ ਇਹ ਇਹਨਾਂ ਨੇ ਕਿਸਾਨਾਂ ਨੇ ਫੇਰ ਜਿੱਤਣਾ ਹੈਗਾ ਡਸਨਟ ਮੈਟਰ ਉਹ ਇਲੈਕਸ਼ਨ ਜਿੱਤਣੀਆਂ ਜਾਂ ਨਾ ਜਿੱਤਣ ਇਹ ਜ਼ਰੂਰ ਜਿੱਤਣਗੇ ਕਿਸਾਨ ਤਾਂ ਇੱਕ ਵਾਰੀ ਜਿੱਤ ਵੀ ਗਏ ਆ ਬਿਲਕੁਲ ਕਿਸਾਨ ਜਿੱਤ ਗਏ ਨੇ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਬਿਲਕੁਲ ਵਧੀਆ ਹੋਊਗਾ ਅੱਛਾ ਅਸੀਂ ਇੱਕ ਬ੍ਰੇਕ ਤੇ ਜਾਣ ਤੋਂ ਪਹਿਲਾਂ ਜ਼ਰੂਰ ਜਿਹੜਾ ਤੁਹਾਡਾ ਅਗਲਾ ਗੀਤ ਹੈਗਾ ਕਿਸਾਨਾਂ ਬਾਰੇ ਉਹ ਸੁਣਨਾ ਚਾਹਵਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਜਨਰਲ ਜਿਹੜੀ ਜ਼ਿੰਦਗੀ ਦੀ ਗੱਲਬਾਤ ਬਾਕੀ ਸੰਗੀਤ ਦੀ ਗੱਲ ਕਰਾਂਗੇ ਜਿਹੜਾ ਤੁਹਾਡਾ ਇੱਕ ਗੀਤ ਤੀਜਾ ਤੁਹਾਡਾ ਕਿਸਾਨਾਂ ਬਾਰੇ ਜੀ 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 ਉਹ ਉਹ ਗੀਤ ਜਿਹੜਾ ਸੀਗਾ ਜੀ ਅਸੀਂ ਜਿੱਦਾਂ ਨਾ ਪਿੱਛੇ ਜੀ ਮੀਡੀਆ ਤੇ ਬਹੁਤ ਮਤਲਬ ਕੁਐਸਚਨ ਉੱਠੇ ਈਵਨ ਆਪਣੇ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਸੀਗੇ ਉਹਨਾਂ ਦੇ ਕੁਐਸਚਨ ਉੱਠੇ ਸੋ ਉਹਦੇ ਤੇ ਮੈਂ ਇੱਕ ਗੀਤ ਜਿਹੜਾ ਸੀਗਾ ਰੋਮੀ ਭਾਈ ਨੇ ਲਿਖਿਆ ਸੀਗਾ ਸੋ ਉਹਨਾਂ ਤੋਂ ਲਿਖਵਾ ਕੇ ਉਹ ਗੀਤ ਪਾਇਆ ਸੀਗਾ ਅਵੇਅਰ ਕਰਨ ਲਈ ਲੋਕਾਂ ਨੂੰ ਸੋ ਸੀਗਾ ਕਿ ਲੌਕਡਾਊਨ ਵਿੱਚ ਜਦ ਸਾਰੇ ਸਿਗਨਲ ਹੀ ਡਾਊਨ ਸੀ ਬਾਬੇ ਦੇ ਲੰਗਰ ਚੱਲਦੇ ਉਦੋਂ ਵੀ ਹਰ ਪਿੰਡ ਤੇ ਹਰ ਟਾਊਨ ਸੀ ਸੋ ਇਹ ਗੀਤ ਸੀਗਾ ਕਿ ਇਹ ਫੰਡਿੰਗ ਬਾਬੇ ਨਾਨਕ ਦੀ ਐਵੇਂ ਨਾ ਰੋਲਾ ਪਾਇਆ ਕਰ ਇਸ ਤਰੀਕੇ ਨਾਲ ਹੈਗੀ ਇਹ ਤੁਹਾਡਾ ਗੀਤ ਕਾਫੀ ਬਹੁਤ ਚਰਚਾ ਦੇ ਵਿੱਚ ਵੀ ਆਇਆ ਸੀ ਫੰਡਿੰਗ ਮਤਲਬ ਕਿਸੇ ਇਧਰ ਉਧਰ ਕਹਿ ਰਹੇ ਹਾਂ ਹਾਂਜੀ ਹਾਂਜੀ ਬਹੁਤ ਚਰਚਾ ਦੇ ਵਿੱਚ ਇਹ ਗੀਤ ਆਇਆ ਸੀ ਬਹੁਤ ਵਧੀਆ ਗੀਤ ਹੈਗਾ ਬਹੁਤ ਵਧੀਆ ਉਪਰਾਲਾ ਹੈਗਾ ਤੇ ਬਾਕੀ ਅਸੀਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੀ ਵੀ ਗੱਲਬਾਤ ਕਰਾਂਗੇ ਜੀ ਵੇਖ ਤੋਂ ਬਾਅਦ ਕਿ ਆਉਣ ਵਾਲੇ ਕੀ ਭਿਕ ਦੇ ਵਿੱਚ ਹੈਗੇ ਨੇ ਤੁਹਾਡੇ ਬਿਲਕੁਲ ਬਿਲਕੁਲ ਤੇ ਪਰ ਫਿਲਹਾਲ ਜਿਹੜੀ ਐ ਬ੍ਰੇਕ ਆਪਾਂ ਨੂੰ ਲੈਣੀ ਪੈਣੀ ਹੈ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਇਸੇ ਤਰ੍ਹਾਂ ਜਸ ਪੰਜਾਬੀ ਨਾਲ ਜੁੜੇ ਰਹੋ ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਸਤੀ ਸਤਿਸ਼ਵਿੰਦਰ ਸਾਹਿਬ ਦੇ ਨਾਲ ਸਾਡੇ ਇੱਕ ਤਾਂ ਕਹਿੰਦੇ ਵੀ ਜਿੱਦਾਂ ਨੇੜੇ ਦਾ ਇਹ ਵੀ ਫਾਇਦਾ ਵੀ ਹੈ ਤੇ ਨੁਕਸਾਨ ਇਹਨੂੰ ਇਹ ਸੁਖਦਾ ਵੀ ਕੰਮ ਕੰਮ ਛੱਡ ਕੇ ਆਉਣਾ ਪੈਂਦਾ ਸਾਡੇ ਨੇੜੇ ਹੀ ਇੱਥੇ ਸਟੂਡੀਓ ਕੈਲੀਫੋਰਨੀਆ ਸਟੂਡੀਓ ਜਿਹੜਾ ਉੱਥੇ ਨੇੜੇ ਹੀ ਨੇ ਰਹਿਸ਼ਾ ਕੰਮਕਾਰ ਵੀ ਸਾਰਾ ਇੱਥੇ ਹੀ ਆ ਸੋ ਇੱਥੇ ਆਏ ਨੇ ਤੇ ਬ੍ਰੇਕ ਤੋਂ ਬਾਅਦ ਫਿਰ ਇਹਨਾਂ ਨਾਲ ਹੋਰ ਗੱਲਬਾਤ ਕਰ ਸਤੀ ਸਤਵਿੰਦਰ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਹੈਗੇ ਆ ਤੇ ਇਹਨਾਂ ਨਾਲ ਅੱਗੇ ਫੇਰ ਜੁੜਦੇ ਹਾਂ ਜੀ ਜੀ ਸਤੀ ਸਾਹਿਬ ਜੀ 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 ਪਾਜੀ ਅੱਛਾ ਆਪਾਂ ਅਗਲੀ ਗੱਲ ਜਿਹੜੀ ਹੁਣ ਮੇਰੇ ਖਾਲ ਸ਼ੁਰੂ ਤੋਂ ਕਰ ਲਈਏ ਸ਼ੁਰੂਆਤ ਥੋੜੀ ਜੀ ਫੇਰ ਵੈਸੇ ਤਾਂ ਕੀਤੀ ਹੋਊ ਗੱਲ ਪਹਿਲਾਂ ਆਪਾਂ ਜਰੂਰ ਪਾਜੀ ਕਿ ਅੱਡੀ ਸ਼ੁਰੂਆਤ ਇਸ ਲਾਈਨ ਦੇ ਵਿੱਚ ਕਿਵੇਂ ਹੋਈ ਕਿਹਨੇ ਉਕਸਾਇਆ ਕਹਿ ਰਹੋ ਜੀ ਕਿਹਨੇ ਪ੍ਰੇਰਿਤ ਕੀਤਾ ਕਿਹਨੇ ਉਹ ਟੀਕਾ ਲਾਇਆ ਕਿਹਨੇ ਟੀਕਾ ਲਾਇਆ ਤੇ ਕਿਉਂ ਹੋਈ ਪਰਿਵਾਰ ਦੇ ਵਿੱਚੋਂ ਕੋਈ ਸੀਗਾ ਜਾਂ ਕੀ ਕਾਰਨ ਬਣਿਆ ਹਾਂਜੀ ਹਾਂਜੀ ਭਾਈ ਜਿੱਦਾਂ ਅਕਸਰ ਗੱਲ ਹੁੰਦੀ ਹੈ ਕਿ ਆਪਾਂ ਪੰਜਾਬੀ ਆ ਸਾਡੇ ਘਰ ਚ ਗੁਰਬਾਣੀ ਗਾਈ ਜਾਂਦੀ ਹੈ ਸੋ ਬਚਪਨ ਚ ਗੁਰਬਾਣੀ ਸੁਣਦੇ ਸੀਗੇ ਉਹਦੇ ਨਾਲ ਮੋਟੀਵੇਟ ਹੋਏ ਮੇਰੇ ਦੋ ਭਰਾ ਗਾ ਵਧੀਆ ਲੈਂਦਾ ਸੀ ਪਰ ਉਹਨਾਂ ਨੇ ਕਦੇ ਪ੍ਰੋਫੈਸ਼ਨਲ ਵਗੈਰਾ ਨਹੀਂ ਗਾਇਆ ਅੱਛਾ ਸੋ ਉਹਨਾਂ ਕਰਕੇ ਮੈਨੂੰ ਵੀ ਵਧੀਆ ਲੱਗਦਾ ਸੀ ਫਿਰ ਜਿੱਦਾਂ ਕਿ ਬਚਪਨ ਤੋਂ ਹੀ ਮਾਨਕ ਸਾਹਿਬ ਨੂੰ ਸਰਦੂਲ ਜੀ ਨੂੰ ਤੇ ਸ਼ਿੰਦਾ ਸਾਹਿਬ ਨੂੰ ਸੁਣੀਦਾ ਸੀ ਸੋ ਉਹ ਮੈਨੂੰ ਕਲੀਆਂ ਗਾਉਣੀਆਂ ਹੇਕਾਂ ਲਾ ਕੇ ਗੀਤ ਗਾਉਣੇ ਵਧੀਆ ਲੱਗਦਾ ਹੁੰਦਾ ਸੀ ਖੇਤਾਂ 'ਚ ਜਾਣਾ ਤੇ ਜਾਂਦ ਜਾਂਦੇ ਗਾਉਂਦੇ ਜਾਣਾ ਗਾਉਂਦੇ ਆਣਾ ਫਿਰ ਕਈ ਵਾਰੀ ਜਦੋਂ ਅਸਲ 'ਚ ਮਤਲਬ ਜਦੋਂ ਮੈਂ ਐਮਏ ਕਰ ਰਿਹਾ ਸੀਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਉੱਥੇ ਸਾਡੇ ਇੱਕ ਆਗਾਜ਼ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਮੈਂ ਜਦੋਂ ਗਾਇਆ ਤੇ ਮੈਨੂੰ ਕਾਫੀ ਪਸੰਦ ਕੀਤਾ ਗਿਆ ਜੀ ਉੱਥੇ ਬੱਬੂ ਮਾਨ ਵੀ ਸੇਮ ਪ੍ਰੋਗਰਾਮ ਤੇ ਪਹਿਲੇ ਵਾਰੀ ਉਹਨਾਂ ਨੇ ਵੀ ਗਾਇਆ ਸੀ ਮੇਰੇ ਬੈਚਮੇਟ ਨੇ ਉਹ ਅੱਛਾ ਤੇ ਉੱਥੇ ਫਿਰ ਮੈਨੂੰ ਮੇਰੇ ਦੋਸਤਾਂ ਨੇ ਕਾਫੀ ਐਪਰੀਸ਼ੀਏਟ ਕੀਤਾ ਵੀ ਤੁਸੀਂ ਤੂੰ ਗਾਣਾ ਸ਼ੁਰੂ ਕਰ ਤੇ ਉਸ ਤੋਂ ਬਾਅਦ ਫਿਰ ਮੈਂ ਇਧਰਲੇ ਪਾਸੇ ਨੂੰ ਲੱਗ ਗਿਆ ਜੀ ਉਦੋਂ ਮਤਲਬ ਸ਼ੱਕ ਪਈ ਵੀ ਮੁੰਡਾ ਇਹ ਹਾਂ ਉਦੋਂ ਉਦੋਂ ਮੈਨੂੰ ਸ਼ੱਕ ਪੈ ਗਿਆ ਜੀ ਹਾਂ ਨਹੀਂ ਤੇ ਘਰ ਦੇ ਨਹੀਂ ਸ਼ਦੀਕ ਦੇ ਖਸਾਉਂਦੇ ਯਾਰ ਦੋਸਤ ਫਿਰ ਕਹਿੰਦੇ ਇਹ ਵਧੀਆ ਗੱਲ ਤੁਸੀਂ ਯੂਨੀਵਰਸਿਟੀ ਦੇ ਵਿੱਚ ਗਏ ਤੇ ਉੱਥੇ ਯਾਰਾਂ ਦੋਸਤਾਂ ਨੇ ਜੀ ਜੀ ਤੁਹਾਨੂੰ ਕਿਹਾ ਤੇ ਵਧੀਆ ਹੋ ਗਿਆ ਵਧੀਆ ਆਵਾਜ਼ ਤੁਹਾਡੀ ਹੈਗੀ ਹੈ ਸ਼ੁਰੂਆਤ ਵਿੱਚ ਉਸ ਤੋਂ ਬਾਅਦ ਪੈ ਗਿਆ ਜੀ ਇਧਰ ਨੂੰ ਤੇ ਅਸੀਂ ਹੁਣ ਅੱਜ ਦੀ ਜੇ ਗੱਲ ਕਰੀਏ ਤੁਸੀਂ ਬਹੁਤ ਪ੍ਰੋਗਰਾਮ ਕਰਦੇ ਹੋ ਆਪਾਂ ਇੰਡੀਆ ਦੇ ਵਿੱਚ ਵੀ ਇਕੱ ਆਨਲ ਪਰਫਾਰਮੈਂਸ ਥੈਂਕ ਯੂ ਭਾਈ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਨਹੀਂ ਤਾਂ ਆਮ ਅਸੀਂ ਕਈ ਸਿੰਗਰ ਦੇਖੇ ਨੇ ਇੱਥੇ ਵਿਆਹ ਸ਼ਾਦੀਆਂ ਦੇ ਵਿੱਚ ਵੀ ਜਾਂਦਾ ਸੀੜੀ ਲਾ ਕੇ ਗਾਉਂਦੇ ਹੁੰਦੇ ਨੇ ਜੀ ਕੱਲੇ ਬੁੱਲ ਹਲਾਉਣੇ ਹੁੰਦੇ ਆ ਜੀ ਫਿਰ ਵੀ ਸਾਹ ਚੜ ਜਾਂਦਾ ਉਹਨਾਂ ਨੂੰ ਬਿਲਕੁਲ ਠੀਕ ਹੈ ਇਹ ਸਟੈਮਨਾ ਜਿਹੜਾ ਹੈਗਾ ਸਟੇਜ ਦਾ ਇਹ ਕਿਵੇਂ ਤੁਹਾਡੇ ਵਿੱਚ ਆਇਆ ਇਹ ਇਸ ਕਿਸ ਤਰ੍ਹਾਂ ਹੁੰਦਾ ਇਹਦੇ ਵਾਸਤੇ ਆਵਾਜ਼ ਦੇ ਰਿਆਜ ਨੂੰ ਛੱਡ ਕੇ ਹੋਰ ਕਿਹੜੇ-ਕਿਹੜੇ ਰਿਆਜ ਕਰਨਾ ਪੈਂਦਾ ਤੁਹਾਨੂੰ ਬਿਲਕੁਲ ਭਾਈ ਇੱਕ ਤਾਂ ਭਾਈ ਮੈਂ ਹਰ ਇੱਕ ਬੰਦੇ ਨੂੰ ਕਹਿੰਦਾ ਕਿ ਵੀ ਦੇਖੋ ਫਿਜ਼ੀਕਲੀ ਫਿੱਟ ਹੋਣਾ ਬਹੁਤ ਜ਼ਰੂਰੀ ਹੈ ਬੰਦੇ ਦਾ ਦਿਮਾਗੀ ਤੌਰ ਤੇ ਫਿੱਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਟੇਜ ਹੁਣ ਅਸੀਂ ਮੈਂ ਸਟੇਜ ਦੇ ਵਿੱਚ ਟਿਪੀਕਲ ਫਾਲੋ ਕਰਦਾ ਗੁਰਦਾਸ ਭਾਜੀ ਨੂੰ ਜੀ ਹੁਣ ਉਹਨਾਂ ਨੂੰ ਦੇਖੋ ਕਿ ਵੀ ਉਹਨਾਂ ਦਾ ਐਡਾ ਤਕੜਾ ਕਿ ਵੀ ਉਹਨਾਂ ਦੇ ਅੱਗੇ ਬੰਦਾ ਖੜਾ ਹੋਇਆ ਤੇ ਉਹ ਉਸੇ ਟਾਈਮ ਹੀ ਉਹਨਾਂ ਤੇ ਕੋਈ ਉਹਨਾਂ ਦੀ ਹਾਜ਼ਰ ਜਵਾਬ ਜੀ ਔਰ ਫਿਟਨੈਸ ਵੀ ਦੋਨੋਂ ਫਿਟਨੈਸ ਸੋ ਫਿੱਟ ਹੋਣ ਤੋਂ ਬਾਅਦ ਉਹ ਦਿਮਾਗੀ ਤੌਰ ਤੇ ਵੀ ਪੂਰੇ ਫਿੱਟ ਨੇ ਜਦੋਂ ਉਹਨਾਂ ਨੇ ਜਸਟ ਟਾਈਮ ਜੋ ਗਿਲ ਕਹਿਣੀ ਉਹ ਠਾ ਕਰਕੇ ਕਹਿੰਦੇ ਆ ਉਹ ਚੀਜ਼ ਫਿਰ ਪਰਮਾਨ ਚੜ ਜਾਂਦੀ ਹੈ ਨਹੀਂ ਆਪਾਂ ਆਮ ਤੌਰ ਤੇ ਕਹਿੰਦੇ ਜੀ ਉਮਰ ਦੇ ਹਿਸਾਬ ਨਾਲ ਜਿਆਦਾ ਅਸ ਕਮਜ਼ੋਰ ਹੁੰਦੀ ਕੁਝ ਹੋ ਜਾਂਦੀ ਉਹ ਹਜੇ ਤੱਕ ਵੀ ਚਲੋ ਜਿੰਨੀ ਵੀ ਉਮਰ ਹੈ ਮੈਂ ਨਹੀਂ ਕਦੇ ਉਹਨਾਂ ਅੱਗੇ ਕਾਪੀ ਰੱਗੀ ਰੱਖੀ ਨਾ ਜੀ ਨਾ ਨਾ ਉਹ ਕਾਪੀ ਰੱਖਦੇ ਆ ਤੇ ਉਹ ਹਰ ਚੀਜ਼ ਉਹਨਾਂ ਦੀ ਮਤਲਬ ਐ ਪਰਫਕਟ ਹੁੰਦੀ ਐ ਪੂਰੀਆਂ ਵਧੀਆ ਤਰੀਕੇ ਨਾਲ ਜੀ ਜੀ ਬਿਲਕੁਲ ਇਸ ਕਰਕੇ ਫਿਰ ਉਹ ਮਤਲਬ ਕੋਸ਼ਿਸ਼ ਕਰੀ ਜੀ ਦੇ ਉਸ ਤਰੀਕੇ ਦਾ ਮਤਲਬ ਕੁਝ ਕੀਤਾ ਜਾਵੇ ਦੂਸਰੀ ਚੀਜ਼ ਹੈ ਕਿ ਤਿਆਰੀ ਤੁਸੀਂ ਹਰ ਤਰੀਕੇ ਦਾ ਤਿਆਰ ਕਰੋ ਕਿਉਂਕਿ ਕਈ ਵਾਰੀ ਸਟੇਜ ਤੇ ਐਦਾਂ ਹੁੰਦਾ ਜੀ ਜਿੱਦਾਂ ਕਿ ਮਤਲਬ ਮੈਂ ਆਪਣੇ ਤਕਰੀਬਨ ਗੀਤ ਗਾਉਣਾ ਪਰ ਕਈ ਵਾਰੀ ਬੰਦੇ ਵਿਚਾਰੇ ਹੁਣ ਉੱਥੇ ਪ੍ਰੋਗਰਾਮ ਤੇ ਆਏ ਹੈਗੇ ਉਹਨਾਂ ਦੀ ਕੁੰਡੀ ਕਿਸੇ ਆੜੀ ਹੋਈ ਹੈ ਕਿ ਜੀ ਯਾਰ ਬੋਲ ਦਾ ਲਾ ਦੋ ਹਮ ਹੁਣ ਉੱਥੇ ਕਈ ਵਾਰੀ ਕਲਾਕਾਰ ਇਥੇ ਸਟੈਂਡ ਲਾ ਜਾਂਦੇ ਜੀ ਮੈਂ ਤਾਂ ਕਿਸੇ ਦਾ ਗਾਣਾ ਨਹੀਂ ਗਾਉਂਦਾ ਫਿਰ ਗੋਲੀਆਂ ਚੱਲ ਜਾਂਦੀਆਂ ਉਹ ਤਾਂ ਗੋਲੀਆਂ ਚੱਲ ਜਾਂਦੀਆਂ ਹੁਣ ਉੱਥੇ ਯਾਰ ਮੇਰਾ ਕੀ ਜਾਣਾ ਅਗਲੇ ਬੰਦੇ ਮੈਨੂੰ ਪੇ ਕਰ ਰਹੇ ਦੇ ਮਤਲਬ ਉਹਨੇ ਟਾਈਮ ਲਈ ਉਹਨਾਂ ਨੇ ਸਿੰਪਲ ਜੀ ਗੱਲ ਕਰੀਏ ਮੈਨੂੰ ਖਰੀਦਿਆ ਹੋਇਆ ਬਿਜ਼ਨਸ ਲੈ ਸੋ ਉੱਥੇ ਮੇਰੀ ਜਵਾਬ ਇਹ ਹੈਗੀ ਆ ਕਿ ਮੈਂ ਜੋ ਬੰਦਾ ਮੈਨੂੰ ਫਰਮਾਇਸ਼ ਕਰਦਾ ਜਾਂ ਤਾਂ ਮੇਰੇ ਚੰਨਾ ਦਮ ਹੋਵੇ ਕਿ ਮੈਂ ਕਿਸੇ ਨੂੰ ਫਰਮਾਇਸ਼ ਕਰਨ ਫਰਮਾਇਸ਼ ਕਰਨ ਦੀ ਨੌਬਤ ਹੀ ਨਾ ਹੋਵੇ ਨਾ ਮੈਂ ਤਾਂ ਨਾ ਹੁਣ ਤੇ ਜੇ ਆ ਗਈ ਤਾਂ ਫਿਰ ਗਾਦੋ ਯਾਰ ਕੀ ਫਰਕ ਹਾਂ ਤੇ ਜੇ ਮੈਨੂੰ ਆਉਂਦਾ ਹੁੰਦਾ ਉਹਨਾਂ ਦਾ ਮੈਂ ਗਾਦਾ ਇਸ ਕਰਕੇ ਜੀ ਤਿਆਰੀ ਕਰੀ ਜਾਈਦੀ ਹੈਗੀ ਹੈ ਹਰ ਤਰੀਕੇ ਦੇ ਗੀਤ ਗਾਈਦੇ ਆ ਕੋਸ਼ਿਸ਼ ਕਰੀਦੀ ਆ ਕਿਉਂਕਿ ਮੇਰੇ ਇੱਥੇ ਜਿੱਦਾਂ ਮੈਂ ਅਮਰੀਕਾ 'ਚ ਹੈਗਾ ਜੀ ਇੱਥੇ ਮੇਰੇ ਪ੍ਰੋਗਰਾਮ ਕੱਲੇ ਸਾਡੇ ਲਈ ਚੈਲੰਜ ਬਹੁਤ ਹੁੰਦਾ ਜੀ ਇੰਡੀਆ ਜਿਹੜੇ ਸ਼ੋਅ ਕਰੀਦੇ ਜੀ ਉੱਥੇ ਕੀ ਹੁੰਦਾ ਹੈਗਾ ਉੱਥੇ ਬਹੁਤ ਇੱਥੇ ਕੀ ਹੈਗਾ ਕਿਉਂਕਿ ਹੁਣ ਇੱਥੇ ਕਹਿ ਲਓ ਕਿ ਵੀ ਵਨ ਮੈਨ ਆਰਮੀ ਕੰਮ ਹੁੰਦਾ ਜੀ ਤੁਸੀਂ ਸਾਊਂਡ ਵੀ ਸੈੱਟ ਕਰਾਉਣੀ ਐ ਗਾਉਣਾ ਵੀ ਆਪ ਐਂਕਰਿੰਗ ਵੀ ਆਪ ਕਰ ਰਿਹਾ ਤਕਰੀਬਨ ਕੋਰਸ ਵੀ ਤੁਸੀਂ ਆਪ ਕਰ ਰਹੇ ਜੀ ਬਿਲਕੁਲ ਸੋ ਉਹਦੇ ਵਿੱਚ ਫਿਰ ਤੁਹਾਡੇ ਕੋਲੇ ਮੈਟਰ ਬਹੁਤ ਜ਼ਰੂਰੀ ਕਰਦਾ ਸੋ ਬਾਬੇ ਦੀ ਕਿਰਪਾ ਨਾਲ ਮੈਂ ਪੜਦਾ ਬਹੁਤ ਹੁੰਨਾ ਮੈਂ ਸੁਣਦਾ ਬਹੁਤ ਹੁੰਨਾ ਰਿਆਜ਼ ਬਹੁਤ ਕਰਦਾ ਉਹਦੇ ਕਰਕੇ ਮੇਰੇ ਕੋਲੇ ਮੈਟਰ ਹੈਗਾ ਸੋ ਮੇਰੇ ਕੋਲੇ ਬੰਦੇ ਭਾਵੇਂ 10 ਬੈਠੇ ਹੋਣ ਪਾਵੇਂ 10000 ਬੈਠਾਉ ਮੈਂ ਉੱਠਣ ਨਹੀਂ ਦਿੰਦਾ ਜੀ ਜਿੰਨੀ ਦੇਰ ਮੈਨੂੰ ਉਹ ਨਹੀਂ ਕਹਿੰਦੇ ਵੀ ਤੂੰ ਤੇ ਵਿਆਹਾਂ ਦੇ ਪ੍ਰੋਗਰਾਮ ਤੇ ਜਿਹੜੀਆਂ ਮੇਲਿਆਂ ਦੇ ਪ੍ਰੋਗਰਾਮ ਹੁੰਦੇ ਜਾਂ ਸ਼ੋਅ ਹੁੰਦੇ ਦੂਜੇ ਜੀ ਇਹਨਾਂ ਦਾ ਕੋਈ ਫਰਕ ਹੁੰਦਾ ਮੈਟਰ ਦੀ ਸਿਲੈਕਸ਼ਨ ਵਿੱਚ ਤੁਹਾਨੂੰ ਕੀ ਕਰਨਾ ਪੈਂਦਾ ਵਿਆਹਾਂ ਦੇ ਪ੍ਰੋਗਰਾਮ ਵਿੱਚ ਕੀ ਫਰਕ ਹੈ ਤੇ ਇਹ ਜਿਹੜੇ ਵੈਸੇ ਸ਼ੋਅ ਹੁੰਦੇ ਉਹਨਾਂ 'ਚ ਕੀ ਫਰਕ ਹੈਗਾ ਬਿਲਕੁਲ ਸਹੀ ਗੱਲ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਤੇ ਇਹ ਜੇ ਕੋਈ ਸੁਣ ਰਿਹਾ ਹੋਵੇ ਉਹਦੇ ਲਈ ਟਿਪ ਵੀ ਹੈਗੀ ਆ ਕਿਉਂਕਿ ਜਿਹੜਾ ਵਹਾਂ ਦਾ ਪ੍ਰੋਗਰਾਮ ਹੈ ਖੁਸ਼ੀ ਦਾ ਪ੍ਰੋਗਰਾਮ ਹੈ ਜੀ ਬਿਲਕੁਲ ਉੱਥੇ ਤੁਹਾਡਾ ਇੱਕੋ ਹੀ ਕੰਮ ਹੈਗਾ ਉਹਨਾਂ ਨੂੰ ਨਚਾਉਣਾ ਡਾਂਸ ਕਰਾਣਾ ਬਿਲਕੁਲ ਠੀਕ ਹੈ ਸੋ ਉੱਥੇ ਤਕਰੀਬਨ ਅਸੀਂ ਗੀਤ ਜਿਹੜੇ ਗਾਈਦੇ ਹੈਗੇ ਆ ਉਹ ਖੁਸ਼ੀ ਦੇ ਗਾਈਦੇ ਆ ਨਚਣ ਟੱਪਣ ਦੇ ਗਾਈਦੇ ਆ ਜਿਹੜਾ ਪ੍ਰੋਗਰਾਮ ਹੁੰਦਾ ਮੇਲਿਆਂ ਦਾ ਕਹਿ ਲਓ ਜਾਂ ਕਾਂਸਰਟਸ ਕਹਿ ਲਓ ਉੱਥੇ ਫਿਰ ਤੁਹਾਡੀ ਗਾਇਕੀ ਵੀ ਦੇਖੀ ਜਾਂਦੀ ਹੈਗੀ ਆ ਉੱਤੇ ਤੁਸੀਂ ਸਰੋਤਿਆਂ ਦੇ ਹਿਸਾਬ ਨਾਲ ਉਹਨਾਂ ਨੂੰ ਸੈਡ Song ਵੀ ਸੁਣਾਉਣੇ ਹੈਗੇ ਆ ਮਹਿਫਲੇ ਵੀ ਸੁਣਾਉਣੇ ਆ ਕਲਾਸਿਕਲ ਵੀ ਸੋ ਉਹ ਉਹ ਫਿਰ ਡਿਫਰੈਂਟ ਉੱਤੇ ਤੁਹਾਡਾ ਜੋ ਜੀ ਕਰਦਾ ਉਹ ਗਾਓ ਵਿਆਹ ਦੇ ਪ੍ਰੋਗਰਾਮ ਥੋੜੇ ਜਿਹਾ ਡਿਫਰੈਂਟ ਹੁੰਦੇ ਉਸ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਇਹ ਆਪਣੇ ਇੱਕ ਵਰੀ ਦੌਰ ਆਇਆ ਸੀ ਪੰਜਾਬ ਦੇ ਵਿੱਚ ਸੈਡ Song ਦਾ ਜੀ ਬੜੇ ਕਲਾਕਾਰਾਂ ਦੇ ਉਸ ਸੈਡ Song ਹਿੱਟ ਹੋਏ ਜੀ ਤੇ ਉਹ ਹੁਣ ਵਿਆਹ ਦੇ ਪ੍ਰੋਗਰਾਮ ਤੇ ਬੁੱਕ ਹੋ ਜਾਂਦੇ ਸੀ ਤੇ ਉੱਥੇ ਬੜਾ ਪੰਗਾ ਪੈਂਦਾ ਸੀ ਬੜਾ ਔਖਾ ਹੁੰਦਾ ਤੇਰੀ ਕੋਠੀ ਦੇ ਨਹੀਂ ਗੇਟ ਤੂੰ ੱੱਕੇ ਦੇ ਕੇ ਮੋੜਦਾ ਸੀ ਤੇਰੀ ਮਹਿੰਦੀ ਦੇ ਦਲੀਆਂ ਉੱਤੇ ਤੋੜ ਦੂਰੀ ਬਨਾਲੀ ਕਾਰ ਤੇਰੀ ਢੋਲੀ ਵਾਲੀ ਕਾਰ ਢੋਲੇ ਵਾਲੀ ਕਾਰ ਪਾਉਂਦੇ ਜਾਂ ਉਹ ਜੇ ਕਰਦੇ ਹੁੰਦੇ ਸੀਗੇ ਸੋ ਉਹ ਬੈਸੇ ਤਾਂ ਜੇ ਤਾਂ ਲੋਕ ਵਧੀਆ ਓਪਨ ਮਾਈਂਡਡ ਹੈਗੇ ਤਾਂ ਉਹ ਜਸਟ ਐਂਟਰਟੇਨਮੈਂਟ ਹੈਗਾ ਉਹਦਾ ਕੋਈ ਲੌਜੀਕ ਨਹੀਂ ਹੁੰਦਾ ਪਰ ਉਹ ਲਾ ਜਾਂਦਾ ਬੰਦਾ ਦਿਲ ਨੂੰ ਕੋਈ ਵਿਆਹ ਦਾ ਦੁਲਾ ਹੀ ਲਾ ਲੈਂਦਾ ਵੀ ਲੱਗਦਾ ਕਿਸੇ ਨੇ ਫਰਮਾਇਸ਼ ਕਰਕੇ ਘੁਆਇਆ ਇੱਕ ਵਾਰੀ ਇਹ ਭਾਜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੁਸੀਂ ਤਾਂ ਕਾਫੀ ਆਪਾਂ ਨੇ ਇਕੱਠਿਆਂ ਨੇ ਪ੍ਰੋਗਰਾਮ ਲਗਾਏ ਮੇਰਾ ਇੰਡੀਆ 'ਚ ਵਿਆਹ ਦਾ ਪ੍ਰੋਗਰਾਮ ਸੀਗਾ ਜੀ ਚਲੋ ਹੁਣ ਮੈਨੂੰ ਚੇਤਾ ਆ ਗਿਆ ਮੇਰੇ ਨਾਲ ਕੋਰਸ ਤੇ ਤਕਰੀਬਨ ਦੁਰਗਾ ਰੰਗੀਲਾ ਜੀ ਹੈਗੇ ਉਹਨਾਂ ਦਾ ਭਾਂਡਾ ਜਾਂਦਾ ਜਾਂਦਾ ਹੁੰਦਾ ਹੈ ਸਰਦਾਰ ਅਲੀ ਬਹੁਤ ਵਧੀਆ ਸਿੰਗਰ ਜੀ ਜੀ अच्छा वो मेनू जी एक वारी मिले अपने रविंद्र ਗਰੇਵਾਲ ਭਾਜੀ ਦੇ ਘਰੇ ਪ੍ਰੋਗਰਾਮ ਸੀਗਾ ਉਹਨਾਂ ਦੇ ਸਿਸਟਰ ਦੇ ਘਰੇ ਤੇ ਉੱਥੇ ਮੈਂ ਪ੍ਰੋਗਰਾਮ ਤੇ ਸਿੰਗਰ ਸੀ ਤੇ ਉੱਥੇ ਮੈਨੂੰ ਮਿਲੇ ਮੈਨੂੰ ਕਹਿੰਦੇ ਵੀ ਮੈਂ ਤੁਹਾਡੇ ਨਾਲ ਕੋਰਸ ਤੇ ਆਇਆ ਕਰਨਾ ਮੈਂ ਕਿਹਾ ਯਾਰ ਵੀ ਤੂੰ ਐਡੇ ਤਨਾਟ ਸਿੰਗਰ ਦਾ ਭਾਂਡਾ ਸੁਰਾਂ ਦੇ ਵਿੱਚ ਖੇਡਣ ਵਾਲੇ ਹੈਗੇ ਉਹਨਾਂ ਦਾ ਭਾਂਡਾ ਤੂੰ ਮੇਰੇ ਨਾਲ ਕੋਰਸ ਤੇ ਆ ਕੇ ਕੀ ਕਰਨਾ ਕਹਿੰਦਾ ਨਹੀਂ ਭਾਜੀ ਵੀ ਮੇਰੀ ਪ੍ਰੋਬਲਮ ਹੈ ਮੈਂ ਕਿਹਾ ਦੱਸੋ ਕਹਿੰਦਾ ਮੈਨੂੰ ਮਾਮਾ ਜੀ ਗਾਉਣ ਨਹੀਂ ਦਿੰਦੇ अच्छा स्टेज पे कहता मेनू गाਉਣ ਦਾ ਮੌਕਾ ਨਹੀਂ ਮਿਲਦਾ ਮੈਂ ਕਿਹਾ ਵੀ ਭਾਈ ਇਹ ਕੋਈ ਚੱਕਰ ਨਹੀਂ ਹੈਗਾ ਤੂੰ ਗਾਉਣ ਦਾ ਤਾਂ ਤੇਰਾ ਮੈਂ ਪੂਰਾ ਕਿਹੜਾ ਕਢ ਲਾਂਗੇ ਹੂੰ ਬਿਲਕੁਲ ਕਿਉਂਕਿ ਮੇਰੇ ਜਿਹੜੇ ਤਕਰੀਬਨ ਭਾਈ ਪ੍ਰੋਗਰਾਮ ਤੁਸੀਂ ਦੇਖੀ ਆ ਮੈਂ ਕਹਿੰਦੇ ਟਾਈਮ ਲੈ ਕੇ ਨਹੀਂ ਜਾਂਦਾ ਮੇਰੇ ਭਾਵੇਂ 2 ਘੰਟੇ ਚੱਲੇ ਤੇਨੇ ਮੈਂ ਕੋਈ ਨਹੀਂ ਕਹਿੰਦਾ ਵੀ ਜਦ ਤੱਕ ਉਹ ਖੁਸ਼ ਨਹੀਂ ਹੁੰਦਾ ਜਦ ਤੱਕ ਗਾਉਣਾ ਹੈ ਬਿਲਕੁਲ ਮੈਂ ਕਿਹਾ ਭਾਈ ਕੋਈ ਚੱਕਰ ਨਹੀਂ ਤੈਨੂੰ ਉੱਥੇ ਕੋਈ ਚੱਕਰ ਨਹੀਂ ਕਹਿੰਦਾ ਜੀ ਮੈਨੂੰ ਬੇ ਦੋ ਗੀਤ ਚਾਹੀਦੇ ਮੈਂ ਦੋ ਕੀ ਤੂੰ ਚਾਰ ਗਾ ਲੋ ਜੀ ਹੁਣ ਮੈਂ ਦੇਖਿਆ ਵੀ ਬੰਦਾ ਬਹੁਤ ਵਧੀਆ ਘਰਾਨੇ ਤੋਂ ਹੈਗਾ ਵਧੀਆ ਸਿੰਗਰ ਹੈਗਾ ਜੀ ਮ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਜਾ ਕੇ ਤੂੰ ਨਾ ਪ੍ਰੋਗਰਾਮ ਸ਼ੁਰੂ ਕਰਾਤਾ ਉਸ ਤੋਂ ਬਾਅਦ ਮੈਂ ਬ੍ਰੇਕ ਲੈਣੀ ਸੀ ਅੱਛਾ ਉਦੋਂ ਮਾਹੌਲ ਸੀਗਾ ਵੀ ਤੁਸੀਂ ਕੁੜੀਆਂ ਮੁੰਡੇ ਪੰਗੜੇ ਵਾਲੇ ਤੁਹਾਡੇ ਨਾਲ ਜਾਂਦੇ ਹੁੰਦੇ ਸੀ ਜੀ ਜੀ ਤੇ ਮੈਂ ਚੇਂਜ ਕਰਨਾ ਸੀ ਤੇ ਮੈਂ ਮੈਂ ਚੇਂਜ ਕਰਕੇ ਆਉਣਾ ਇੰਨੀ ਦੇਰ ਨੂੰ ਤੂੰ ਇੱਕ ਗੀਤ ਲਾ ਹੁਣ ਮੈਂ ਉਹਨੂੰ ਤਾਂ ਪੁੱਛਣਾ ਨਹੀਂ ਸੀਗਾ ਜੀ ਬਿਲਕੁਲ ਹੂੰ ਕਿਹੜਾ ਕਿਹੜਾ ਗਾਉਣਾ ਗੀਤ ਉਹ ਕੀ ਗੀਤ ਗਾਉਣਾ ਜੀ ਬਿਲਕੁਲ ਅੱਛਾ ਉਧਰੋਂ ਕੁਦਰਤੀ ਨਾ ਜਿਹੜਾ ਕੁੜੀ ਮੁੰਡੇ ਦੀ ਵੀ ਐਂਟਰੀ ਹੋ ਰਹੀ ਸੀ ਐਂਟਰੀ ਹੋ ਅੱਛਾ ਤੇ ਉਹ ਸਟੇਜ ਤੇ ਗਿਆ ਪਤੰਦਰ ਉਹਨੇ ਜਾਂਦੀ ਆ ਲਾਪ ਲੈ ਕੇ ਆਂਦਾ ਜ ਆਖੋ ਓ ਲੇਹੋ ਜਾਨੀ ਨਾਲੇ ਜਸ਼ਨ ਮਨਾ ਲਗੈ ਰਾਜ ਭਾਜੀ ਆਈ ਸਵਰ ਮੈਂ ਐ ਥੱਲੇ ਪੌੜੀਆਂ ਦੇ ਉੱਤੇ ਰਸੀ ਨਾਲ ਦੀ ਨਾਲ ਵਾਪਸ ਆ ਗਿਆ ਅੱਛਾ ਤੇ ਮੈਂ ਕਿਹਾ ਵੀ ਮੈਂ ਉਹਨੂੰ ਅੱਖਾਂ ਕੱਢਾ ਹੁਣ ਮਿਊਜ਼ੀਸ਼ianਾਂ ਨੂੰ ਤਾਂ ਪਤਾ ਲੱਗ ਗਿਆ ਵੀ ਕੁਝ ਉਲਟਾ ਹੋ ਗਿਆ ਕਮ ਹੈ ਨਾ ਤੇ ਮੈਂ ਉਹ ਤੋਂ ਮਾਈਕ ਲੈ ਕੇ ਗੱਲ ਸੰਭਾਲੀ ਮੈਂ ਕਿਹਾ ਵੀ ਗੱਲ ਇਹ ਹੈ ਜੀ ਵੀ ਇੰਨੀ ਸੋਹਣੀ ਜੋੜੀ ਆ ਤੇ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਤੇ ਮੈਂ ਮੈਂ ਕਹਿੰਦਾ ਉਹ ਤੇ ਫਿਰ ਨਾ ਮਾਹੌਲ ਬਣਿਆ ਜੀ ਹੋਰ ਤਰੀਕੇ ਤੇ ਗੀਤ ਗਾਇਆ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਭਰਾਵਾ ਤੂੰ ਇੰਨਾ ਵਧੀਆ ਗਾਉਂਦਾ ਨਾ ਵੀ ਤੈਨੂੰ ਕਿਸੇ ਨੇ ਸਿਖਾਇਆ ਨਹੀਂ ਕਿ ਕਿਹੜੇ ਕਿਹੜਾ ਕਿੱਥੇ ਕਿਹੜੇ ਟਾਈਮ ਤੇ ਕੀ ਗਾਉਣਾ ਹੈਗਾ ਮੈਂ ਕਿਹਾ ਤੇ ਇਹ ਗੀਤ ਬਣਦਾ ਤੇਰਾ ਉਹੀ ਚੀਜ਼ ਹੈ ਜੀ ਬਿਲਕੁਲ ਇਹ ਵੀ ਇਹ ਵੀ ਜ਼ਰੂਰੀ ਹੈ ਸਿਲੈਕਸ਼ਨ ਤੁਹਾਡੀ ਬਹੁਤ ਕਾਊਂਟ ਕਰਦੀ ਹੈ ਇਕੱਲਾ ਵਧੀਆ ਗਾਉਣਾ ਤੇ ਹੀ ਇਕੱਲਾ ਕੰਮ ਨਹੀਂ ਆਉਂਦਾ ਨਹੀਂ ਕੰਮ ਆਉਂਦਾ ਜੀ ਕਿੱਥੇ ਕੀ ਗਾਉਣਾ ਕਿੱਥੇ ਕੀ ਗਾਉਣਾ ਉਹ ਬਹੁਤ ਜ਼ਰੂਰੀ ਹੈ ਉਹੀ ਉਹੀ ਚੀਜ਼ ਜਿਹੜੀ ਚੱਲਦੀ ਹੈਗੀ ਜੇ ਆਪਾਂ ਦੇਖੀਏ ਕਿ ਗੁਰਦਾਸ ਮਾਨ ਜੀ ਬਾਰੇ ਕਈ ਵਾਰੀ ਅਕਸਰ ਗੱਲਾਂ ਹੁੰਦੀਆਂ ਕਿ ਯਾਰ ਹੁਣ ਵੀ ਉਹਨੇ ਵਧੀਆ ਗਾਉਂਦਾ ਕਿਉਂਕਿ ਉਹ ਹਾਜ਼ਰ جواب ਵੀ ਬਹੁਤ ਵਧੀਆ ਮੈਟਰ ਹੈ ਤੇ ਟਾਈਮ ਦੇ ਹਿਸਾਬ ਨਾਲ ਉਹ ਮੈਟਰ ਗਾਉਂਦੇ ਆ ਜੀ ਬਿਲਕੁਲ 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 ਇਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਤੇ ਅਸੀਂ ਵੀ ਮੈਂ ਤਾਂ ਚਾਹੁੰਦਾ ਜੀ ਐ ਬ੍ਰੇਕ ਦਾ ਹੋ ਗਿਆ ਬ੍ਰੇਕ ਤੋਂ ਬਾਅਦ ਅਸੀਂ ਜਰੂਰ ਗੀਤ ਸੰਗੀਤ ਦਾ ਮਾਹੌਲ ਇਸੇ ਤਰ੍ਹਾਂ ਰੱਖਾਂਗੇ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹ ਵੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰੋ ਬ੍ਰੇਕ ਤੋਂ ਬਾਅਦ ਜਿੰਨਾ ਕੁ ਸਮਾਂ ਬਚਿਆ ਉਹ ਤੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕੁਝ ਗੀਤ ਸੰਗੀਤ ਵੀ ਕਰੀਏ ਤੇ ਕੁਝ ਗੱਲਾਂ ਵੀ ਹੋਰ ਕਰੀਏ ਦੇਖਦੇ ਰਹੋ ਜਸ ਪੰਜਾਬ ਜੀ ਹਾਜ਼ਰ ਇੱਕ ਵਾਰ ਫਿਰ ਤੇ ਆਖਰੀ ਸੈਗਮੈਂਟ ਜਿਹੜਾ ਪ੍ਰੋਗਰਾਮ ਦਾ ਹੈਗਾ ਤੁਹਾਡੇ ਰੂਪ ਰੂਪੇਸ਼ਟ ਕਰਨਾ ਸਤੀ ਸਤਵਿੰਦਰ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਹੈਗੇ ਨੇ ਉਹਨਾਂ ਨਾਲ ਫਿਰ ਜੁੜਦੇ ਹਾਂ ਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ 59 ਜੀ ਭਾਜੀ ਹੋਰ ਕੀ ਬਣਦਾ ਬਸ ਭਾਜੀ ਬਲੇ ਬਲੇ ਮੈਂ ਕਈ ਵਾਰੀ ਸਵਾਲ ਦਿਮਾਗ ਦੇ ਵਿੱਚ ਆਇਆ ਸ਼ਾਇਦ ਪਹਿਲਾਂ ਕੀਤਾ ਮੇਰੇ ਖਲ ਨਹੀਂ ਕੀਤਾ ਵੀ ਕਦੇ ਕਲਾਸੀਕਲ ਜਾਂ ਗਜ਼ਲਾਂ ਨਾਲ ਪੰਗਾ ਲਿਆ ਜਿਆਣੀ ਕਿ ਪੰਗੇ ਤੋਂ ਭਾਵ ਵੀ ਕਦੇ ਮਨ ਦੇ ਵਿੱਚ ਆਇਆ ਮੈਂ ਉਹ ਵੀ ਗਾਵਾਂ ਨਹੀਂ ਐ ਹੈਗਾ ਭਾਜੀ ਗਾਇਦਾ ਜ਼ਰੂਰ ਹੈ ਕਿਉਂਕਿ ਉਹਦੇ ਨਾਲ ਤੁਹਾਡਾ ਫਿਰ ਜਿਹੜਾ ਹੈਗਾ ਨਾ ਫਰਕ ਪੈਂਦਾ ਗਾਇਕੀ ਦਾ ਕਲਾਸੀਕਲ ਦੀ ਖਾਸ ਕਰਕੇ ਅਸੀਂ ਗੱਲ ਕਰੀਏ ਹਾਂ ਜੀ ਗਾਇਦਾ ਬਿਲਕੁਲ ਜੀ ਨੁਸਰਤ ਜੀ ਨੂੰ ਮੈਂ ਬਹੁਤ ਸੁਣਦਾ ਤੇ ਕੋਸ਼ਿਸ਼ ਕਰੀਦੀ ਕਿਉਂਕਿ ਉਹਨਾਂ ਬੰਦਿਆਂ ਨੂੰ ਮੈਂ ਗਾ ਨਹੀਂ ਸਕਦਾ ਕੋਸ਼ਿਸ਼ ਕਰਦੀ ਆ ਉਹਨਾਂ ਨੂੰ ਗਾਉਣ ਦੀ ਜੀ ਜੀ ਤੇ ਨਹੀਂ ਮਤਲਬ ਮੇਰੇ ਕਹਿਣਾ ਮਤਲਬ ਕੋਈ ਰਿਕਾਰਡਿੰਗ ਤਾਂ ਨਹੀਂ ਕਰਵਾਇਆ ਗੀਤ ਰਿਕਾਰਡ ਕਰਾਇਆ ਜਾਂ ਕਿਤੇ ਰਿਕਾਰਡ ਨਹੀਂ ਕਰਾਇਆ ਸਟੇਜ 'ਤੇ ਕਿਤੇ ਗਾਇਆ ਸਟੇਜ 'ਤੇ ਤਾਂ ਗਾਈ ਦੀ ਆ ਜੀ ਖੂਬ ਗਾਈ ਦੀ ਆ अच्छा क्लासिकल हां जी हां जी मतलब पूरीया घराड़ियां लानी नहीं सारी सारे मतलब लगਦੀਆਂ ਨਹੀਂ ਆਪਣੇ ਤੋਂ ਲਈ ਨਹੀਂ ਅੱਜ ਅੱਛਾ ਨਹੀਂ ਉਹ ਤਾਂ ਨਹੀਂ ਕਿਤੇ ਹੁੰਦਾ ਹਰਿਆਣੇ ਚ ਕਿਤੇ ਪਿੰਡ ਚ ਪ੍ਰੋਗਰਾਮ ਕਰਦੇ ਹੋਮੋ ਤੇ ਉਹ ਜਿਵੇਂ ਭਾਈ ਆ ਤਾਂ ਰੋਰਲ ਆ ਗਿਆ ਕਿ ਕਿਹਦੀ ਪਹਿਲਾ ਉਹ ਕਹਿੰਦੇ ਨਾ ਮਹਾਂਸਰਾਜ ਐਂਸ ਦੀ ਕੈਸਟ ਤੋਂ ਅਸੀਂ ਪ੍ਰੋਗਰਾਮ ਕਰਦੇ ਉਹ ਉੱਥੇ ਤੱਕ ਅਸੀਂ ਪਹੁੰਚਦੇ ਨਹੀਂ ਜੀ ਅਸੀਂ ਅਸੀਂ ਇਧਰੋਂ ਇਧਰੋਂ ਮੋੜਾ ਜੀ ਦਾ ਉਹ ਹਾਂਸਰਾਜ ਐਂਸ ਦੀ ਕੈਸਟ ਲੈ ਆ ਨਾ ਮੋਟਰ ਤੇ ਲਾ ਲਈ ਪਾਣੀ ਲਾਉਣ ਚਲੇ ਗਏ ਆਪ ਤੇ ਉਹ ਵਿੱਚ ਆ ਗਿਆ ਗਾਣਾ ਜਿਹੜਾ ਸੀ ਇਹ ਪਤਿਆ ਆਸ਼ਕਾ ਦੀ ਕਾਹ ਜਿੰਦਗੀ ਸੀ ਕਿ ਸੀਗਾ ਉਹ ਉਹਨਾਂ ਨੇ ਲਾਈ ਸੀ ਹਾਂਜੀ ਹਾਂਜੀ ਨਹੀਂ ਨਹੀਂ ਦਾਦਾ ਦੇਰੇ ਦਾਦਾ ਨਹੀਂ ਨਹੀਂ ਦਾਦਾ ਦੇਰੇ ਦਾਦਾ ਉਹ ਆਇਆ ਉੱਤਰ ਕੇ ਭੱਜ ਕੇ ਕੈਸਟ ਕੱਢੀ ਆ ਕੇ ਫੇਰ ਪਾਈ ਫੇਰ ਆ ਕੇ ਚਲੇ ਗਿਆ ਫੇਰ ਉੱਥੇ ਆ ਫੇਰ ਲਾਪਿਆ ਕਰਨ ਨਹੀਂ ਨਹੀਂ ਦਾਦਾ ਦੇਰੇ ਦਾਦਾ ਫੇਰ ਉਹਨੇ ਕੈਸਟ ਕੱਢ ਕੇ ਫੀਤਰ ਨੂੰ ਥੁੱਕ ਲਾ ਕੇ ਫੇਰ ਪਾਈ ਫੇਰ ਜਾਲੀਆ ਫਿਓ ਅਨਸਰ ਆ ਜਾ ਉਸ ਦੀ ਸੰਗਮਾਗਨੀ ਨਹੀਂ ਨਹੀਂ ਦਾਦਾ ਦੇਰੇ ਦਾਦਾ ਉਹ ਦੂਬਾ ਦੇ ਆ ਕੇ ਝਾੜ ਕੇ ਪਾਈ ਕਰਕੇ ਰਾ ਕੇ ਕੜਕਸ ਕੜਕੇ ਬਾਹਰ ਆਖਦੀ ਹੋਰ ਲਾਤੀ ਕਹਿੰਦਾ ਮੂੜ ਨਹੀਂ ਪੈਣੀ ਚਿਰੀ ਪੈਂਦੀ ਕਰ ਸੋ ਇਦਾਂ ਦੀ ਤਾਂ ਨਹੀਂ ਕਦੇ ਮਤਲਬ ਹਰਿਆਣੇ ਦੇ ਵਿੱਚ ਇਸ ਕਲਾਸਿਕਲ ਗਾਉਣ ਦੀ ਕੋਸ਼ਿਸ਼ ਕੀਤੀ ਉਹ 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 じゃ ਕਲਾਸਿਕਲ ਗਾਈ ਦੀ ਨਹੀਂ ਅੱਛਾ ਉੱਤੱਕ ਪਹੁੰਚ ਨਹੀਂ ਉਹ ਤੋਂ ਉਹ ਤੋਂ ਦੂਰ ਰਹੀਦਾ ਉਹ ਕਰੇ ਗਾਲੀ ਦਾ ਜੀ ਵਧੀਆ ਵਧੀਆ ਚਲੋ ਬਹੁਤ ਵਧੀਆ ਲੋਕਾਂ ਨੂੰ ਉਹੀ ਸੁਣਾਈ ਦੇ ਤੇ ਅੱਛਾ ਅਸੀਂ ਇਸ ਤੋਂ ਪਹਿਲੇ ਤੁਹਾਡੇ ਕੋਈ ਸੁਣੀਏ ਤੇ ਆਉਣ ਵਾਲਾ ਕੋਈ ਪ੍ਰੋਜੈਕਟ ਜਾਂ ਆਉਣ ਵਾਲਾ ਜਿਵੇਂ ਮਾਹੌਲ ਖੁੱਲ ਰਿਹਾ ਵਿਆਹ ਸ਼ਾਦੀਆਂ ਦੇ ਸਾਰੇ ਮਾਹੌਲ ਖੁੱਲ ਰੇ ਨੇ ਹਾਂਜੀ ਤੇ ਆਉਣ ਵਾਲਾ ਕੋਈ ਗਾਣੇ ਇਹੋ ਜਿਹੜਾ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋ ਹ ਦੱਸਿਓ ਕਿਵੇਂ ਲੱਗਿਆ ਜੀ ਜਰੂਰ ਸੋਚਾਂ ਦਾ ਪਹਾੜ ਆ ਰਾਂ ਪੜਦੀ ਵਿੱਚ ਨਾ ਮੇਰੀ ਅੱਖੀਆਂ 'ਚੋਂ ਲੰਗਦੀ ਆ ਰਾਤ ਥੱਕਦੀ ਨਾ ਪਰਦੀ ਉਂਗਾਰੇ ਤੈਨੂੰ ਸੋਚ ਕਦੋਂ ਹੋਣੀ ਐ ਪਿਆਰ ਵਾਲੀ ਬਾਤ ਸੋਚਾਂ ਦਾ ਪਹਾੜ ਆ ਰਾਂ ਪੜਦੀ ਵਿੱਚ ਨਾ ਕਿੰਨੇ ਰੰਗ ਰੰਗਣੇ ਨੂੰ ਫਿਰਦੇ ਲਲਾਰੀ ਬੇ ਮਹਿਲ ਤੱਕ ਰੰਗੀਆਂ ਨੇ ਚੁੰਨੀਆਂ ਕਿੰਨੇ ਵਣ ਜਾ ਰਿਆਂ ਨੂੰ ਨਾ ਕਰ ਦਿੱਤੀ ਤੇਰੀ ਆਸ ਤੇ ਹਜੇ ਵੀ ਬਾ ਸੁਨੀਆਂ ਚੋਗ ਲੈਣ ਆਉਂਦੇ ਤੇਰੇ ਪਿੰਡ ਤੋਂ ਪਰਿੰਦੇ ਚੋਗ ਲੈਣ ਆਉਂਦੇ ਤੇਰੇ ਪਿੰਡ ਤੋਂ ਪਰਿੰਦੇ ਪਰ ਇੱਕ ਵੀ ਨਾ ਲੈ ਕੇ ਆਉਂਦੇ ਦਾ ਥੱਕਦੀ ਨਾ ਫਰਦੀ ਹੂੰਗਾ ਰੇ ਤੈਨੂੰ ਸੋਚ ਕਦੋਂ ਪਾਉਣੀ ਐ ਪਿਆਰ ਵਾਲੀ ਬਾਤ ਸੋਚਾਂ ਦਾ ਪਹਾੜਾਂ ਰਾਹ ਪੜਦੀ ਵਿੱਚ ਨਾ ਇਹ ਆ ਰਿਹਾ ਜੀ ਬਹੁਤ ਜਲਦੀ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਇਸ ਮਤਲਬ ਸੈਮੀ ਸੈਡ ਕਹਿ ਸਕਦੇ ਜੀ ਇਹ ਰੋਮਾਂਟਿਕ ਸੌਂਗ ਹੈ ਰੋਮਾਂਟਿਕ ਸੌਂਗ ਜੀ 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 ਮੈਂ ਹੁਣ ਥੋੜਾ ਜਿਹਾ ਆਪਣੇ ਕਿਉਂਕਿ ਮੈਨੂੰ ਫੋਕ ਸੁਣਦੇ ਆ ਜੀ ਬਹੁਤ ਥੋੜਾ ਜਿਹਾ ਅਲੱਗ ਅਲੱਗ ਐਕਸਪੈਰੀਮੈਂਟ ਕਰਦੇ ਰਹੀਦਾ ਜੀ ਤੇ ਬੀਟ ਵਾਲੇ ਜਿਹੜੇ ਗਾਣੇ ਤੁਸੀਂ ਮੋਸਟਲੀ ਗਾਏ ਨਹੀਂ ਜਿਆਦਾ ਤੁਹਾਡੇ ਹਰ ਗੀਤ ਦੇ ਵਿੱਚ ਜੀ ਜੀ ਤੇ ਸਟੇਜ ਤੇ ਵੀ ਸ਼ਾਇਦ ਮੈਂ ਸਮਝ ਬਹੁਤ ਕੱਟ ਕਲਾਕਾਰ ਹਾਂਜੀ ਹਾਂ ਮੈਨੂੰ ਲੋਕੀ ਲਾਈਕ ਹੀ ਉਸ ਤਰੀਕੇ ਨਾਲ ਕਰਦੇ ਆ ਸਟੇਜ ਤੇ ਉਹੀ ਸੋ ਉਸ ਕਰਕੇ ਫਿਰ ਮੇਰੇ ਜਿਆਦਾ ਗੀਤ ਵੀ ਬੀਟ Song ਹੁੰਦੇ ਹਨ ਹਾਂ ਨਹੀਂ ਸਟੇਜ ਤੇ ਬਹੁਤ ਕਟਕਲਾਕਾਰ ਹੁੰਦੇ ਜਿਹੜੇ ਪੂਰੀ ਸਮਾਈਲ ਦੇ ਕੇ ਪੂਰਾ ਪ੍ਰੋਗਰਾਮ ਕੱਢਦੇ ਨੇ ਬਿਲਕੁਲ ਸਹੀ ਕਹਿ ਰਹੇ ਇਹ ਤਾਂ ਅਦਰਵਾਈਜ਼ ਤਾਂ ਬਸ ਦਿਖੇ ਹੀ ਆਪਾਂ ਬਾਲੇ ਕਲਾਕਾਰ ਤਾਂ ਤੁਸੀਂ ਤਾਂ ਫਿਰ ਮੇਰੇ ਤੋਂ ਜ਼ਿਆਦਾ ਜਾਣਦੇ ਡਾਂਸ ਵਾਲਾ ਵੀ ਭੰਗੜੇ ਵਾਲਾ ਖੁਸ਼ੀ ਵਾਲੇ ਗੀਤ ਦੇ ਵਿੱਚ ਵੀ ਥੋੜੇ ਜਿਹਾ ਫੇਸ ਐਕਸਪ੍ਰੈਸ਼ਨ ਹੋਰ ਤਰ੍ਹਾਂ ਦੇ ਹੁੰਦੇ ਬਿਲਕੁਲ ਬਿਲਕੁਲ ਉਹ ਫਿਰ ਉਹੀ ਹੈ ਜੀ ਸਟੈਮਨਾ ਚਾਹੀਦਾ ਉਹਦੇ ਲਈ ਹਾਂਜੀ ਤੇ ਹੋਰ ਜੇ ਕੋਈ ਗੀਤ ਅਸੀਂ ਕਈਏ ਵੀ ਸਾਡੇ ਦਰਸ਼ਕਾਂ ਨਾਲ ਹੀ ਸਾਂਝਾ ਕਰਨਾ ਚਾਹੁੰਦੇ ਹਾਂ ਕੋਈ ਤੁਹਾਡੀ ਮਨਪਸੰਦ ਦਾ ਤੁਹਾਡੇ ਸਾਰੇ ਗੀ ਕਹਿੰਦਾ ਟੋ ਰਿਪਾਵੇਂ ਪੂਰੀ ਆਪਣਾ ਡਾ ਗੁੱਚੀ ਦੀ ਹੋ ਰੀਸ ਕਿੱਥੋਂ ਕਰ ਲੂ ਪੰਜਾਬੀ ਜੁੱਤੀ ਦੀ ਪਾਦਨ ਦੀ ਭਾਜਣਾ ਹੈ ਗੌਰਮਿੰਦ ਨੂੰ ਖਵਾਰ ਅਖਬਾਰ ਦੀ ਗੱਭਰੂ ਦੀ ਲੈਂਦੀ ਆ ਪਰਖ ਸਰਦਾਰੀ ਅੱਖ ਮਟਿਆਰ ਦੀ ਗੱਭਰੂ ਦੀ ਲੈਂਦੀ ਆ ਪਰਖ ਸਰਦਾਰੀ ਅੱਖ ਮਟਿਆਰ ਦੀ ਮਾਨਕ ਦੀ ਕਲੀ ਵਾਂਗੂ ਖੜਾ ਗੱਭਰੂ ਨਹੀਂ ਪੂਰਾ ਖੜਾ ਗੱਭਰੂ ਸੱਤੀ ਸੱਤੀ ਹੁੰਦੀ ਜਿੱਥੇ ਖੜਾ ਗੱਭਰੂ ਨਹੀਂ ਜਿੱਥੇ ਖੜਾ ਗੱਭਰੂ ਹੱਕਾ ਦਉ ਦੱਸ ਬਣੇਗੀ ਤੂੰ ਲਾਣੇਦਾਰਣੀ ਨਹੀਂ ਐਸ ਲਾਣੇਦਾਰ ਦੀ ਗੱਭਰੂ ਦੀ ਲੈਂਦੀ ਆ ਪਰਖ ਸਰਦਾਰੀ ਅੱਕ ਮੁਟਿਆਰ ਦੀ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਤੇ ਨਾਲ ਦੀ ਨਾਲ ਫਿਰ ਹੁਣ ਉਧਰ ਕਿਹੜਾ ਲੱਗਦਾ ਰਹਿੰਦਾ ਜਦੋਂ ਤੁਸੀਂ ਦੱਸਿਆ ਕਿ ਸਰਕਾਰੀ ਸ਼ੋਅ ਕਰਕੇ ਆਏ ਹੋ ਜੀ ਤੇ ਪਿੰਡ ਹਰਿਆਣੇ ਦੇ ਵਿੱਚ ਕਿੱਥੇ ਹੈਗਾ ਤੁਹਾਡਾ ਪੇਪੇ ਵੀ ਨਿਦੇਸ਼ਾ ਨਹੀਂ ਨਹੀਂ ਮੇਰਾ ਜਮਨਾ ਨਗਰ ਦੇ ਕੋਲ ਪੈਦਾ ਜੀ ਹਾਂ ਜੀ ਨਹੀਂ ਉੱਥੇ ਫਿਰ ਮਾਰਾ ਜੀ ਦਾ ਜੀ ਗੇੜਾ ਜਾ ਕੇ ਜਰੂਰ ਆਈਦਾ ਹਮੇਸ਼ਾ ਆਲਵੇਜ਼ ਪਿੰਡ ਤਾਂ ਚਾਹੇ ਮੈਂ 7 ਦਿਨ ਲਈ ਹੁਣ ਗਿਆ ਸੀ ਤਾਂ ਵੀ ਜਾ ਕੇ ਆਇਆ ਜੀ ਤੇ ਨਾਲ ਦੀ ਨਾਲ ਫਿਲਮਾਂ ਦਾ ਬਹੁਤ ਵਧੀਆ ਰਿਹਾ ਰਿਹਾ ਹਾਂ ਰਿਹਾ ਹੁਣ ਤਾਂ ਚਲੋ ਖੈਰ ਪਿਛਲੇ ਸਾਲ ਤੋਂ ਤਾਂ ਜਮਮ ਠਾਪੀ ਆ ਕੰਮ ਜੀ ਤੇ ਜਿਹੜੇ ਵੱਡੇ ਵੱਡੇ ਬਾਲੀਵੁੱਡ ਦੇ ਕਲਾਕਾਰ ਨੇ ਉਹ ਵੀ ਕਹਿੰਦੇ ਵੀ ਕੰਮ ਲੱਭਦੇ ਫਿਰਦੇ ਆਂ ਅਸੀਂ ਸਹੀ ਗੱਲ ਹੈ ਤੇ ਟੀਵੀ ਵਾਲਾ ਕੰਮ ਜਿਹੜਾ ਉਹ ਚੱਲੀ ਚੁੱਲੀ ਗਿਆ ਮਾੜਾ ਮੋਟਾ ਤੇ ਫਿਲਮਾਂ ਵਾਲੇ ਪਾਸੇ ਨਹੀਂ ਕੋਈ ਹਿਆਨ ਹੋਇਆ ਜਾਂ ਕੋਈ ਆਫਰ ਆਈ ਹੋਵੇ ਜਾਂ ਕਿਸੇ ਤਰ੍ਹਾਂ ਦੀ ਗੱਲਬਾਤ ਕੋਈ ਭਾਜੀ ਸੱਚੀ ਦੱਸਿਏ ਕਿਉਂਕਿ ਨਾ ਹੁਣ ਤੁਹਾਨੂੰ ਪਤਾ ਹੀ ਹੈਗਾ ਤੁਸੀਂ ਤਾਂ ਜਾਣਦੇ ਆ ਪਰਸਨਲੀ ਇੱਥੇ ਬਿਜ਼ਨਸ ਹੈਗਾ ਭਾਜੀ ਜੀ ਉਹਨੂੰ ਵੀ ਟਾਈਮ ਦੇਣਾ ਪੈਂਦਾ ਹੈ ਨਾ ਕਿਉਂਕਿ ਕੋਈ ਵੀ ਚੀਜ਼ ਖੜੇ ਦਾ ਖਾਲਸਾ ਹੈ ਬਿਨਾ ਖੜੇ ਤੋਂ ਨਹੀਂ ਬਿਲਕੁਲ ਤੇ ਉਸ ਤੋਂ ਬਾਅਦ ਹੁਣ ਸਿੰਗਿੰਗ ਹੈ ਜੀ ਆ ਵੀ ਇਹ ਵੀ ਫੁੱਲ ਫਲੈਜ ਪ੍ਰੋਫੈਸ਼ਨ ਹੈ ਜੇ ਆਪਾਂ ਗੀਤ ਕਰਦੇ ਆਂ ਹਰ ਸਾਲ ਆਪਾਂ ਨੂੰ 4 ਤੋਂ 5 ਗੀਤ ਦੇਣੇ ਪੈਂਦੇ ਆਂ ਬਿਲਕੁਲ ਬਿਲਕੁਲ ਜਿਨ੍ਹਾਂ ਤੋਂ ਹਾਰਡਲੀ ਕਿਸੇ ਦਾ ਇੱਕ ਦਾ ਗੀਤ ਦਾ ਪਤਾ ਲੱਗਦਾ ਬਾਕੀ ਉੜ ਜਾਂਦੇ ਆਂ ਹੁਣ ਜੇ ਮੈਂ ਫਿਲਮਾਂ ਕਰਾਂਗਾ ਤਾਂ ਮੈਨੂੰ ਫਿਲਮਾਂ ਵੀ ਇੰਦੀ ਕਰਨੀਆਂ ਪੈਣੀਆਂ ਸੋ ਫਿਰ ਟਾਈਮ ਨਹੀਂ ਹੈਗਾ ਟੂ ਪ੍ਰੈਜ਼ੈਂਟ ਆਫਰਾਂ ਆਈਆਂ ਨੇ ਪਰ ਆਏਗਾ ਵੀ ਰਾਈਟ ਪ੍ਰੋਡਕਟ ਪ੍ਰੋਜੈਕਟ ਕੋਈ ਮਿਲੂਗਾ ਤਾਂ ਕਰ ਵੀ ਲਵਾਂਗੇ ਕੋਈ ਐਸੀ ਗੱਲ ਵੀ ਨਹੀਂ ਪਰ ਮੇਰਾ ਕੋਈ ਦਿਲ ਨਹੀਂ ਹੈਗਾ ਵੀ ਯਾਰ ਕਰਨੇ ਹੀ ਹੈ ਕਿਉਂਕਿ ਬਾਬੇ ਨੇ ਇੱਥੇ ਬਹੁਤ ਕਿਰਪਾ ਕੀਤੀ ਹੋਈ ਹੈ ਇਹ ਆਫਰਾਂ ਇਹ ਤਾਂ ਨਹੀਂ ਆਈਆਂ ਵੀ ਭਾਈ 3 ਕਰੋੜ ਲੱਗਣਾ ਦੋ ਕਿ ਤੁਸੀਂ ਕਰ ਲਓ ਕਿਸੇ ਕੇ ਕਰੋੜ ਦਾ ਪ੍ਰੋਡਿਊਸਰ ਮੇਰੇ ਕੋਲ ਹੈਗਾ ਤਾਂ ਆਪਾਂ ਫਿਲਮ ਬਣਾਉਣੀ ਹੈ ਤੁਹਾਨੂੰ ਹੀਰੋ ਲੈ ਕੇ ਇਦਾਂ ਦੀ ਆਫਰ ਤਾਂ ਨਹੀਂ ਆਈ ਨਹੀਂ ਪਾਜੀ ਉਹ ਆਫਰ ਠੀਕ ਹੀ ਆਈਆਂ ਨੇ ਉਹ ਉਹ ਜੀ ਬਿਲਕੁਲ ਸਹੀ ਕਹਿ ਰਹੇ ਹੋ ਅਕਸਰ ਆਫਰਾਂ ਉਹੀ ਆਉਂਦੀਆਂ ਨੇ ਉਹੀ ਆਉਂਦੀਆਂ ਕੇ ਜੀ ਠੀਕ ਹੈ ਜੀ ਤੁਸੀਂ ਪੈਸੇ ਲਿਆਓ ਤੇ ਕੰਮ ਅਸੀਂ ਕਰ ਦਿੰਦੇ ਮੈਂ ਕਿਹਾ ਪੈਸੇ ਫਿਰ ਸਾਡੇ ਕੋਲ ਹੀ ਨੇ ਤੁਹਾਨੂੰ ਕਿਉਂ ਦਈਏ ਸਾਡੇ ਵੀ ਜਿਹੜੇ ਯਾਰ ਦੋਸਤ ਨੇ ਜਦੋਂ ਇੰਡੀਆ ਜਾਂਦੇ ਨੇ ਮਿਲਦੇ ਮਿਲਦੇ ਤਾਂ ਉਹ ਫਿਰ ਫੋਨ ਦਾ ਵੀ ਤੁਹਾਡੇ ਫਲਾਣਾ ਬੰਦਾ ਇੱਕ ਹੈਗਾ ਉਹਦਾ ਫੋਨ ਆਇਆ ਸੀ ਮੈਨੂੰ ਹਾਂਜੀ ਉਹ ਕਹਿੰਦਾ ਜੀ ਮੈਂ ਡਾਇਰੈਕਟਰ ਬਣ ਗਿਆ ਹੁਣ ਤੇ ਮੈਂ ਨਾ 3 ਪੈਨਕ ਲੱਖ ਰੁਪਈਆ ਲੱਗਣਾ ਤੁਹਾਡਾ ਤੇ ਵੀਡੀਓ ਬਣਾਉਣੀ 20 ਮਿੰਟ ਦੀ ਇੱਕ ਹਾਂ ਤੇ ਤੁਸੀਂ ਪੈਸੇ ਖਰਚ ਦਿਓ ਤਾਂ ਤੁਹਾਨੂੰ ਇਹ ਰੋਲ ਦੇ ਦਾਂਗੇ ਰੋਲ ਦੇ ਦਾਂਗੇ ਬਿਲਕੁਲ ਮੈਂ ਕਹਿੰਦਾ ਲੈ ਲਓ ਰੋਲ ਹਾਂਜੀ ਤੇ ਕਹਿੰਦੇ ਵੀ ਉਹ ਜਦੋਂ ਤੇਰੇ ਨਾਲ ਸੀ ਉਹਨੂੰ ਦੇਖਦੇ ਸੀ ਉਹ ਤਾਂ ਮਾੜੀ ਮੋਟੀ ਐਕਟਿੰਗ ਵੀ ਨਹੀਂ ਉਹਨੂੰ ਕਰਨੀ ਆਉਂਦੀ ਸੀ ਇੱਕ ਟੇਕ 20 20 ਵਾਰੀ ਕਰਦਾ ਸੀ ਤਾਂ ਹੁਣ ਉਹ ਡਾਇਰੈਕਟਰ ਬਣ ਗਿਆ ਸੋ ਇਹੋ ਜਿਹਾ ਕੰਮ ਬੜਾ ਚੱਲਦਾ ਜਿੱਦੋਂ ਬਚਨ ਦੀ ਲੋੜ ਹੈ ਪਰ ਸਹੀ ਕੰਮ ਵੀ ਬਹੁਤ ਹੋ ਰਹੇ ਨੇ ਜਿਨ੍ਹਾਂ ਦਾ ਕੋਈ ਇਹ ਮਤਲਬ ਜਵਾਬ ਹੀ ਨਹੀਂ ਹੈਗਾ ਵਧੀਆ ਕੰਮ ਦੀ ਬਹੁਤ ਭਾਜੀ ਐਕਚੁਅਲੀ ਫਿਰ ਗੱਲ ਉਹੀ ਚੀਜ਼ ਆ ਜਾਂਦੀ ਨਾ ਵੀ ਜਦੋਂ ਤੁਸੀਂ ਕਿਸੇ ਵੀ ਪ੍ਰੈਸ਼ਰ ਚ ਪੈਸੇ ਦੇ ਹਿਸਾਬ ਨਾਲ ਕੰਮ ਕਰਦੇ ਹੋ ਫਿਰ ਤੁਸੀਂ ਨਾ ਅੰਡਰ ਪ੍ਰੈਸ਼ਰ ਕੰਮ ਕਰਦੇ ਹੋ ਤੁਹਾਡਾ ਕੰਮ ਦੇਖੋ ਹਿੱਟ ਐਂਡ ਫਲॉप ਤਾਂ ਇਹ ਤਾਂ ਸਰੋਤਿਆਂ ਦੇ ਹੱਥ ਚ ਹੈ ਉਸ ਮਾਲਕ ਦਾ ਪਰ ਥੋੜਾ ਕੰਮ ਵਧੀਆ ਹੋਣਾ ਚਾਹੀਦਾ ਫਿਰ ਤੁਸੀਂ ਕੰਮ ਵਧੀਆ ਨਹੀਂ ਕਰ ਸਕਦੇ ਜੇ ਤੁਸੀਂ ਇਕੱਲੇ ਪੈਸੇ ਲਈ ਕੰਮ ਕਰਦੇ ਹੋ ਬਿਲਕੁਲ ਬਹੁਤ ਜੀ ਚਲਦੀ ਹੈ ਬੜਾ ਚੱਲਦਾ ਪੰਜਾਬ ਦੇ ਵਿੱਚ ਤੇ ਬੜਾ ਚੱਲਦਾ ਜੀ ਬਹੁਤ ਬਹੁਤ ਲੋਕੀ ਇਥੋਂ ਰੋਂਦੇ ਨੇ ਵਿਚਾਰੇ ਵੀ ਸਾਡੇ ਇੰਨੇ ਪੈਸੇ ਲੱਗੇ ਇੰਨੇ ਫਸ ਗਏ ਚਲੋ ਇਹਨਾਂ ਚੀਜ਼ਾਂ ਤੋਂ ਵਿਚਾਰ ਰੱਖਣਾ ਚਾਹੀਦਾ ਕੰਮ ਕਰਨਾ ਕੋਈ ਮਾੜਾ ਨਹੀਂ ਉਹੀ ਹੈ ਪਾਜੀ ਕਿ ਵੀ ਆਪਾਂ ਰਾਈਟ ਕੰਟਰੀ 'ਚ ਆ ਗਏ ਆ ਸ਼ੁਕਰ ਹੈ ਮਾਲਕ ਦਾ ਬਜ਼ੁਰਗਾਂ ਦੀ ਦੁਆਵਾਂ ਕਰਕੇ ਹੁਣ ਰੋਜ਼ੀ ਰੋਟੀ ਵਧੀਆ ਚੱਲੀ ਜਾਂਦੀ ਸੋ ਇਸ ਕਰਕੇ ਕੋਸ਼ਿਸ਼ ਇਹ ਹੀ ਕਰੀਏ ਤੇ ਕਿ ਗਾਈਏ ਵਧੀਆ ਜੀ ਸੋ ਉਹਤੇ ਪੂਰੀ ਮਿਹਨਤ ਲਾਈ ਦੀ ਹੈ ਬਿਲਕੁਲ ਬਿਲਕੁਲ ਤੇ ਮੈਂ ਚਾਹਾਂਗਾ ਅਖੀਰ ਦੇ ਵਿੱਚ ਅਸੀਂ ਸਮਾਪਤ ਕਰੀਏ ਪਹਿਲਾਂ ਕੋਈ ਨਾ ਕੋਈ ਗੀਤ ਤੁਹਾਡੀ ਪਸੰਦ ਦਾ ਦੋ ਕੁ ਲਾਈਨਾਂ ਸੁਣਾ ਕੇ ਤੇ ਉਸ ਤੋਂ ਬਾਅਦ ਅਸੀਂ ਦਰਸ਼ਕਾਂ ਨੂੰ ਕੋਈ ਨਾ ਕੋਈ ਆਖਰੀ ਸੁਨੇਹਾ ਜਿਹੜਾ ਹੁੰਦਾ ਹੈ ਬਿਲਕੁਲ ਇਹ ਪ੍ਰੋਗਰਾਮ ਦਾ ਉਹ ਵੀ ਦੇਈਏ ਬਿਲਕੁਲ ਜੀ ਸੋ ਆਖਰੀ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿਉਂਕਿ ਮੈਂ ਇਥੇ ਅਮਰੀਕਾ ਰਹਿਣਾ ਫਿਰ ਮੈਂ ਇਧਰ ਦੀਆਂ ਗੱਲਾਂ ਸੁਣਾਉਣੀਆਂ ਬਹੁਤ ਜ਼ਰੂਰੀ ਆ ਸੋ ਮੇਰਾ ਗੀਤ yellow cab ਆਇਆ ਸੀਗਾ yellow cab ਆਇਆ ਸੀ ਇੱਕ ਤੁਹਾਡਾ ਟਰੱਕਾਂ ਤੇ ਦੀ ਗੀਤ ਕਰ ਵਾਲੇ ਵੀ ਸੋ ਸੋ ਟਰੱਕਾਂ ਵਾਲੇ ਕਿਉਂਕਿ ਮੈਂ yellow cab ਕਾਫੀ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਸੁਣਾਇਆ ਹੈਗਾ ਸੋ ਅੱਜ ਮੈਂ ਟਰੱਕਾਂ ਵਾਲੇ ਦੀ ਸਾਂਝ ਕਰ ਲੈਣਾ ਹੈਗਾ ਕਹਿੰਦਾ ਹੋ ਪੁੱਤ ਜੱਟਾਂ ਦੇ ਡਰੇ ਫਿਰ ਟਰੱਕਾਂ ਦੇ ਤਾਂ ਹੀ ਤਾਂ ਹੁੰਦੇ ਬਾਲੇ ਬੱਲੀਏ ਕਿਉਂ ਕਿ ਇਹ ਸਨੀਮਾਨ ਦੀ ਗੱਲ ਹੈ ਤੇ ਉਹਨੇ ਲਿਖਿਆ ਸੀਗਾ ਕਿ ਬਾਈ ਨੇ ਕਹਿੰਦਾ ਕੋਈ ਸਾਬ ਜ਼ੂਬ ਰੋਬ ਨਹੀਂ ਉਚਾੜਦਾ ਹੋ ਪਾਇਆ ਆਪਣਾ ਟਰੱਕ ਤੇਰੇ ਯਾਰ ਦਾ ਕੋਈ ਸਾਬ ਜ਼ੂਬ ਰੋਬ ਨਹੀਂ ਉਟਾੜਦਾ ਹੋ ਪਾਇਆ ਆਪਣਾ ਟਰਾਲਾ ਤੇਰੇ ਯਾਰ ਦਾ ਲੋੜ ਚੱਕ ਕੇ ਐਲੇ ਤੋਂ ਫੇਰ ਪਾਈ ਦੇ ਟਰੰਟ ਵੱਲ ਚਾਲੇ ਬੱਲੀਏ ਪੁੱਤ ਜੱਟਾਂ ਦੇ ਡਰ ਐ ਵੀ ਟਰੱਕਾਂ ਦੇ ਤਾਂ ਹੀ ਤਾਂ ਹੁੰਦੇ ਬਾਲੇ ਬੱਲੀਏ ਪੁੱਤ ਜੱਟਾਂ ਦੇ ਡਰ ਐ ਵੀ ਟਰੱਕਾਂ ਦੇ ਤਾਂ ਹੀ ਤਾਂ ਹੁੰਦੇ ਬਾਲੇ ਬੱਲੀਏ ਬਿਲਕੁਲ ਆਪਣੇ ਇੱਥੇ ਮਿਰਖਲ ਕਾਫੀ ਸਿੰਗਰ ਹੈਗੇ ਨੇ ਜਿਹੜੇ ਚਲੋ ਟਰੱਕ ਚਲਾਉਂਦੇ ਵੀ ਨੇ ਪਰ ਗਾਣੇ ਵੀ ਗਾਉਂਦੇ ਨੇ ਬੜੇ ਵਧੀਆ ਵਧੀਆ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਇਹ ਅਭੀ ਜਦੋਂ ਅਸੀਂ ਕੰਪੇਅਰ ਕਰਦੇ ਟਰੱਕਾਂ ਨੂੰ ਪੰਜਾਬ ਦੇ ਭਾਰ ਦੇ ਟਰੱਕਾਂ ਨਾਲ ਤਾਂ ਬੇ ਜ਼ਮੀਨ ਸਮਾਨ ਦਾ ਫਰਕ ਲੱਗਦਾ ਬਹੁਤ ਫਰਕ ਤੇ ਇਧਰਲੇ ਮੁਲਕਾਂ ਦੇ ਵਿੱਚ ਤੇ ਚਲੋ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੌਕੇ ਦੇ ਮੁਤਾਬਕ ਸਮੇਂ ਦੇ ਮੁਤਾਬਕ ਕਹਿ ਲੋ ਚਾਹੇ ਚਾਹੇ ਅੱਜ ਕੱਲ ਦੇ ਹਾਲਾਤਾਂ ਦੇ ਮੁਤਾਬਕ ਬਿਲਕੁਲ ਜੀ ਇੱਕ ਤਾਂ ਇਹ ਦੇਖੋ ਇਮਿਊਨ ਸਿਸਟਮ ਆਪਣਾ ਵਧੀਆ ਰੱਖੋ ਤਾਂ ਕਿ ਤੁਸੀਂ ਹੈਲਦੀ ਹੋਵ ਤੇ ਉਸ ਤੋਂ ਬਾਅਦ ਵਧੀਆ ਸੁਣੋ ਜਿਵੇਂ ਤੁਸੀਂ ਹੁਣ ਵਧੀਆ ਗੀਤ ਸੁਣੇ ਆ ਤੇ ਵਧੀਆ ਸੁਣੋਗੇ ਤੇ ਸਾਰੇ ਹੀ ਫਿਰ ਆਪਣਾ ਕਲਚਰ ਹੋਰ ਉੱਪਰ ਜਾਏਗਾ ਜੀ ਬਸ ਮੇਰਾ ਤਾਂ ਇਹੀ ਮੈਸੇਜ ਹੈ ਜੀ ਆ ਬਹੁਤ ਮਿਹਰਬਾਨੀ ਤੁਹਾਡੀ ਨਾਲ ਦੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਸ ਤੋਂ ਪਹਿਲਾਂ ਤੁਹਾਡੇ ਤੋਂ ਵਿਦਾ ਲੈਣ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਘਰਾਂ ਵਿੱਚ ਦਰਸ਼ਕ ਬੈਠੇ ਆ ਉਹਨਾਂ ਨੂੰ ਮੈਂ ਦੱਸ ਦੇਵਾਂ ਅੱਜ ਦਾ ਪ੍ਰੋਗਰਾਮ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੁਸੀਂ ਪੂਰਾ ਇੰਜੋਏ ਕੀਤਾ ਹੋਵੇਗਾ ਬਾਕੀ ਕੋਈ ਵੀ ਜਾਣਕਾਰੀ ਦੇਣੀ ਚਾਹੁੰਦੇ ਹੋ ਜਾਂ ਜਾਣਕਾਰੀ ਲੈਣੀ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਂ ਕੋਈ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ ਕੋਈ ਅਜਕਲ ਪ੍ਰੋਗਰਾਮ ਸਮਾਗਮ ਸ਼ੁਰੂ ਹੋ ਗਏ ਨੇ ਇਵੈਂਟ ਸ਼ੁਰੂ ਹੋ ਗਏ ਨੇ ਕੋਈ ਇਵੈਂਟ ਕਰਨੀ ਚਾਹੁੰਦੇ ਹੋ ਲਾਈਵ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਮੈਨੂੰ ਈਮੇਲ ਕਰੋ jaggi@broadcasting.com ਜਾਂ ਫਿਰ info@broadcasting.com ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ ਹੈ WhatsApp ਨੰਬਰ ਹੈ ਮੇਰਾ ਸੈੱਲ ਨੰਬਰ ਸਭ ਕੋਲ ਹੈਗਾ 209450336 ਕਿਤੇ ਵੀ ਸੰਪਰਕ ਜਿਹੜਾ ਕਰ ਸਕਦੇ ਹੋ ਅਖੀਰ ਦੇ ਵਿੱਚ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲ ਦੀ ਨਾਲ ਸਤੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਹਾਨੂੰ ਪਿਆਰ ਭਰੀ ਸਤਿ ਸ਼ਕਾਲ ਮਿਹਰਬਾਨੀ ਜੀ ਥੈਂਕ ਯੂ ਜੀ ਥੈਂਕ ਯੂ ਸਾਰੇ ਸਰੋਤਿਆਂ ਨਾਲ ਜਿਹੜੇ ਜਸ ਪੰਜਾਬੀ ਦੇਖ ਰਹੇ ਹਨ ਥੈਂਕ ਯੂ ਜੀ ਕੀ ਭਾਜੀ ਮਿਹਰਬਾਨੀ